ਬੇਬੀ ਡੋਲ ਮੈਂ ਸੋਨੇ ਦੀ ਉਹਨੇ ਗੇਮ ਚਲਾਈ ਹੁਣ ਇਹਨੇ ਬੇਬੀ ਡੋਲ ਬਾਕੀ ਸੋਨੇ ਦੀ ਬਣਾ ਦੇਣੀ ਨਵੇਂ ਪ੍ਰੋਗਰਾਮ ਇੰਜੋਏ ਕਰਦੇ ਪਏ ਹੋ, ਸਿਹਤਾਂ ਦਾ ਧਿਆਨ ਰੱਖੋ, ਠੰਡ ਹੋ ਰਹੀ ਹੈ ਬਹੁਤ ਜ਼ਿਆਦਾ। ਸਤਿ ਸ੍ਰੀ ਅਕਾਲ, ਹੋਰ ਸੁਣਾਓ ਰਿਪਲਾਈ ਸੀਰੀਜ਼ ਚੱਲਦੀ ਪਈ ਆ, ਤੇ ਹੋਰ ਸੁਣਾਓ ਜੀ। ਚੈਨਲ ਨੂੰ ਯਾਰ ਸਬਸਕ੍ਰਾਈਬ ਨਹੀਂ ਕਰਦੇ, ਵੀਡੀਓ ਨੂੰ ਸ਼ੇਅਰ ਨਹੀਂ ਕਰਦੇ, ਪਿਆਰ ਦੇ ਰਹੇ ਹੋ, ਬਹੁਤ ਬਹੁਤ ਧੰਨਵਾਦ। ਇੱਦਾਂ ਹੀ ਪਿਆਰ ਦਿੰਦੇ ਰਹੋ, ਵੀਡੀਓ ਨੂੰ ਖਿੱਚ ਕੇ ਰੱਖੋ, ਲਾਈਕ ਸਬਸਕ੍ਰਾਈਬ ਤੇ ਸ਼ੇਅਰ ਵਾਲਾ ਬਟਨ ਹੈਂਗ ਕਰ ਦਿਓ, ਚਿੱਪ ਕੱਢ ਦਿਓ, ਪੂਰਾ ਚੱਕ ਕੇ ਮਾਰੋ ਕੁਰਸੀਆਂ ਲਾਲ ਬਟਨ ਤੇ ਹੈਂਗ ਕਰ ਦਿਆ ਕਰੋ ਸਬਸਕ੍ਰਾਈਬ ਵਾਲਾ ਬਟਨ। ਮੈਂ ਕਿਹਾ ਧੱਕ ਪਾ ਦਿਓ ਯਾਰ, ਦੰਦੇ ਲਵਾ ਦਿਓ ਦੰਦੇ। ਚੁਨੇ ਚੁਨੇ ਜੇ 2-2 ਲੱਖ ਵਿਊ ਇੱਕ ਦਿਨ, 2 ਦਿਨ ਦੇ ਵਿੱਚ ਵੀਡੀਓ ਦੇ ਉੱਤੇ 2.2 ਲੱਖ ਵਿਊ ਹੋਏ ਪਏ ਆ ਯਾਰ। ਅੱਜ ਮੈਂ ਦੱਸੂਗੀ ਸੱਚ, ਬਿਨਾਂ ਗੱਲੋਂ ਮੈਨੂੰ ਬਦਨਾਮ ਨਾ ਕਰੋ। ਰਮਾਨੀ ਖਰਾਨਾ ਵਲੌਗਸ, ਉਹ ਸਬਸਕ੍ਰਾਈਬਰ 28K ਸਬਸਕ੍ਰਾਈਬਰ ਹੋ ਗਏ ਹਜੇ। ਆ ਪਿਛਲੇ ਵੀਡੀਓ ਜਦੋਂ ਪਾਈ ਆ ਉਦੋਂ 21K ਸਬਸਕ੍ਰਾਈਬਰ ਸੀ, ਤੇ ਸਾਡੇ ਕਿੰਨੇ ਵਧੇ? ਮੇਰੇ ਹਿਸਾਬ ਨਾਲ 20-40 ਵਧੇ ਆ। ਫਿਰ ਮਯੰਕ ਦਾ ਵੀ ਸੀਰੀਜ਼ ਦੇਖਦੇ ਆ, ਮਯੰਕ ਦੀ ਸੀਰੀਜ਼ ਵੀ ਆ ਰਹੀ ਆ ਕਹਿੰਦੇ, ਚੁੰਨੀ ਮੋਜਾ ਮਾਰਦੀ ਹੁਣ ਕੱਲੀ ਹੋ ਗਈ। ਹੁਣ ਦੇਖਦੇ ਆ ਇਹਦਾ ਵਲੌਗ ਵੀ ਕੀ ਗੱਲਬਾਤ ਆ, ਕੀ ਹਨਾ ਸਿਸਟਮ, ਇਹਨੇ ਰਿਪਲਾਈ ਕੀ ਦਿੱਤਾ ਵਾ, ਜਾਂ ਕੀ ਐਲੀਗੇਸ਼ਨ ਲੱਗੇ ਆ, ਜਾਂ ਕੀ ਇਹਨੇ ਕੁਛ ਸਿਆ ਵਾ। ਫਿਰ ਉਸ ਤੋਂ ਬਾਅਦ ਮਯੰਕ ਦੀ ਸੀਰੀਜ਼ ਵੀ ਦੇਖਦੇ ਆ, ਮਯੰਕ ਦਾ ਵੀ ਵਲੌਗ ਆ ਗਿਆ ਹਨਾ। ਸੋ ਇਕੱਠੀ ਹੀ ਚਾੜਾਂਗੇ ਪਹਿਲਾਂ ਇਹ, ਫਿਰ ਉਹ ਦੇਖਦੇ ਆ ਸਿਸਟਮ ਕੀ ਆ। ਆਪਾਂ ਸੱਪ ਲੜਾਉਣੇ ਆ ਪਰ ਦੇਖੀ ਤਾਂ ਕੀ। ਹਾਂ ਚਲੋ ਚਲੋ ਇੱਧਰ ਮੰਮਾ ਦੇਖਦੇ ਪਏ ਤੇ ਹੁਣ ਭੁੱਖ ਲੱਗ ਗਈ ਆ, ਮੋਮੋਸ ਖਾ ਕੇ ਫਿਰ ਆਪਾਂ ਘਰ ਜਾਵਾਂਗੇ ਹਨਾ ਅੰਮਾ। ਮੋਮ ਉਹ ਜਾਣਾ ਨਾ ਘਰ ਹੀ ਜਾਣਾ ਹੁੰਦੇ। ਚਲਾਕ ਆ ਨਾ ਇਹ ਕੁੜੀ, ਏਡੀ ਚਲਾਕ ਆ, ਇਹਦਾ ਫੇਸ ਦੇਖੋ ਯਾਰ। ਦੁੱਖ ਦੁੱਖੀ ਦਾ ਦੁੱਖ ਨੀ ਇਹਨੂੰ, ਕਿੱਥੇ ਕਿੱਥੇ ਹੁੰਦੀ ਸੀ ਕੁੜੀ ਇਹ ਯਾਰ, ਕਿੱਥੇ ਕਿੱਦਾਂ ਬੋਲਦੀ ਹੁੰਦੀ ਸੀ, ਕਿਵੇਂ ਅੱਖਾਂ ਨਾਲ ਇਸ਼ਾਰੇ ਕਰਦੀ ਹੁੰਦੀ ਸੀ, ਉਦੋਂ ਬੋਡੀ ਲੈਂਗੁਏਜ ਕੀ ਸੀ, ਤੇ ਹੁਣ ਦੇਖੋ ਹਨਾ। ਮੋਮ ਮੋਮ ਆਪਾਂ ਘਰੇ ਜਾਵਾਂਗੇ ਨਾ, ਇਹ ਸੋਚਿਆ ਕਿ ਅੱਜ ਮੈਂ ਕੁਛ ਗੱਲਾਂ ਕਰਦੀਆਂ ਤੁਹਾਡੇ ਨਾਲ। ਅੱਛਾ ਫੋਨ ਲਾ ਲਾ, ਕਾਫੀ ਦੇਰ ਤੋਂ ਦੇਖ ਰਹੀ ਆ, ਜਿਵੇਂ ਕਿ ਚਾ ਨੰਬਰ ਲੈ 98140 ਅੱਗੇ ਆਪਣੇ ਵੱਲੋਂ ਲਾ ਲਈ, 98190 ਨਾ ਲੱਗੇ ਨਾ ਲੱਭੇ, ਸਹੀ ਆ। ਗੱਲਾਂ ਕਰਨੀਆਂ ਨੇ ਤਾਂ ਫਿਰ ਗੱਲਾਂ ਆ ਜਾ ਫਿਰ ਮਾਨੀ, ਥੋੜੀ ਜਗ੍ਹਾ ਚ ਵੀ ਤਾਂ ਹੋਣੀ ਨਹੀਂ ਇਹਦੇ। ਆ ਜਿਹੜਾ ਇਹਨੇ ਗਲੇ ਚ ਦੇਖ ਸਵੈਟਰ ਪਾਇਆ ਹੋਇਆ, ਉਹ ਵੀ ਖੁੱਲਾ ਹੋਇਆ ਪਿਆ, ਇੰਨਾ ਇੰਨਾ ਕੁ ਉਹਦਾ ਬੋਰ ਆ ਸਵੈਟਰ ਦਾ, ਉਹ ਵੀ ਖੁੱਲਾ ਹੋਇਆ ਪਿਆ। ਸਾਰਾ ਹੀ ਗੱਲਾਂ ਕਰੀ ਨਾ, ਬੋਰ ਬੋਰ ਮਤਲਬ ਗਲੇ ਦਾ ਕੋਟੀ ਦਾ ਕਾਫੀ ਰੂਮਰਸ ਫੈਲਾ, ਮੈਚਿੰਗ ਮੈਚਿੰਗ ਮਾਨੀ ਜੇ ਉਹ ਰੂਮਰਸ ਫੈਲਾ ਰਿਹਾ ਹੈ, ਮੈਂ ਸੱਚ ਦੀ ਕਲੈਰੀਫਿਕੇਸ਼ਨ ਕਰ ਰਿਹਾ। ਆਏ ਹਾਏ, ਮੈਂ ਆਈ ਕਰ ਦਿੰਦੀ ਕਰਾਂਗੀ ਗਰਲਸ ਨਾਲ, ਅਗਰ ਹੋਰ ਕਿਸੇ ਨੂੰ ਕੋਈ। ਚਲੋ ਚਲੀ ਆਪਾਂ ਕੁੜੀਆਂ, ਚਲੀ ਚੰਗਾ ਯਾਰ, ਅਸੀਂ ਨਹੀਂ ਹੈਗੇ ਬਰਾਬਰ।
ਇਹ ਫੁੱਦੂ ਥੋੜੀ ਆ, ਗੱਲ ਹੀ ਕੁੜੀਆਂ ਨਾਲ ਕਰਨੀ ਆ, ਗੱਲ ਹੀ ਕੁੜੀਆਂ ਨਾਲ ਕਰਨੀ ਆ, ਤੇ ਮੇਰੇ ਲੱਗਦਾ 2.2 lakh ਜਿਹੜੇ ਵਿਊ ਆਏ ਆ ਆਏ ਇਕੱਲੇ ਕੁੜੀਆਂ ਦੇ ਆਓ। ਚੱਲ ਆਪਾਂ ਕੁੜੀਆਂ ਨੂੰ ਦੱਸ ਦਾਂਗੇ, ਮੁੰਡੇ ਅਸੀਂ ਦੱਸ ਦਾਂਗੇ ਅੱਗੇ ਕੁੜੀਆਂ ਨੂੰ ਯਾਰ। ਹੱਦ ਹੋ ਗਈ ਕੁੜੀਆਂ ਦੱਸ ਕਿਹੜੀਆਂ ਕਿਹੜੀਆਂ ਜਿਹਨੂੰ ਦੱਸਣਾ, ਹੱਦ ਹੋ ਗਈ ਯਾਰ। ਆਹ ਕੀ ਗੱਲ ਹੋ ਗਈ, ਇਕੱਲੀਆਂ ਇਹ ਡਿਊਟੀ ਵਾਪਸ ਦੇ ਸਿਰ ਤੂੰ ਟਾਈਟਲ ਜਾਂ ਥੰਬਨੇਲ ਦੇ ਉੱਤੇ ਕਿਉਂ ਨਹੀਂ ਲਿਖਿਆ ਓਨਲੀ ਫੋਰ ਗਰਲਸ, ਕਿ ਇਕੱਲੀਆਂ ਕੁੜੀਆਂ ਲਈ ਆ ਵਲੌਗ ਜਾਂ ਇਹ ਵੀਡੀਓ? ਉਹ ਤੇਰੇ ਵਾਲਾ ਭੂੰਡ ਕਾਹਨੂੰ ਕਹੂ ਆ ਇਕੱਲੇ ਮੁੰਡਿਆਂ ਲਈ ਆ? ਹੈ ਆਪਣੇ ਮਨ ਵਿੱਚ ਕੁਛ ਨਹੀਂ ਤੇ ਉਹ ਵੀ ਮੈਨੂੰ ਨੋਰਮਲੀ ਦੱਸ ਸਕਦਾ। ਸਭ ਤੋਂ ਪਹਿਲਾਂ ਤਾਂ ਮੈਂ ਇਹ ਚੀਜ਼ ਪੁੱਛੂੰਗੀ ਜਾਂ ਗੱਲ ਕਰੂੰਗੀ ਕੋਈ ਵੀ, ਜੋ ਪੁਰਾਣਾ ਟਾਈਮ ਸੀ। ਪੁਰਾਣਾ ਕੀ? ਪੁਰਾਣੇ ਟਾਈਮ ਵਿੱਚ ਜਿਵੇਂ ਕਿ 90-1900 ਕੁੜੀਆਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ, ਕਿ ਬੰਦੀ ਬਣਾ ਕੇ। ਕਿਹੜਾ ਜ਼ਮਾਨਾ, ਤੂੰ 2007 'ਚ ਜੰਮੀ ਹੈ, ਗੱਲਾਂ ਤੂੰ ਕਰਦੀ ਓ ਬਸ ਕਰ 42 ਦੀਆਂ। ਕਿਉਂ ਸ਼ਰਮ ਲਾਈ ਹੈ ਇੰਨੀ? ਤੇਰੇ ਫੇਸ ਦੇ ਉੱਤੇ ਹਾਸਾ ਹੀ ਆਈ ਜਾਂਦਾ ਪਿਆ। ਤੇ ਮੈਂ ਇੱਕ ਚੀਜ਼ ਨੋਟਿਸ ਕੀਤੀ ਆ, ਤੂੰ ਥੱਲੇ ਲਿਖੀਆਂ ਹੋਈਆਂ ਨੇ ਗੱਲਾਂ, ਤੂੰ ਜਿੱਦਾਂ ਥੱਲੇ ਦੇਖ ਕੇ ਪੜ੍ਹ ਕੇ ਬੋਲਦੀ ਪਈ ਆ ਨਾ। ਸੁਣਦੇ ਆ ਯਾਰ ਇਹਦੀ ਗੱਲ ਪਹਿਲਾਂ, ਫਿਰ ਕਰਦੇ। ਜਿਵੇਂ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਪਰਮਿਸ਼ਨ ਨਹੀਂ ਸੀ ਹੁੰਦੀ, ਨਾ ਕਿਤੇ ਆਣਾ ਨਾ ਹੀ ਕਿਤੇ ਜਾਣਾ। ਅੱਛਾ, ਇੱਕ ਵਾਰੀ ਵਿਆਹ ਹੋ ਗਿਆ, ਅੱਛਾ, ਤੇ ਬਸ ਜਿਵੇਂ ਤੁਹਾਡੇ ਹਸਬੈਂਡ ਨੇ ਕਹਿਤਾ ਉਵੇਂ ਹੀ ਹੋਊਗਾ, ਚਾਹੇ ਉਹ ਤੁਹਾਨੂੰ ਮਰਨ ਵਾਸਤੇ ਕਿਉਂ ਨਾ ਕਹਿ ਦੇ। ਪੁਰਾਣੇ ਟਾਈਮ ਵਿੱਚ ਜਿਵੇਂ ਕਿ ਜੇਲ੍ਹ ਬਣਾ ਦਿੱਤੀ ਜਾਂਦੀ ਸੀ ਕੁੜੀਆਂ ਵਾਸਤੇ। ਅੱਛਾ, ਜੇ ਉਹੀ ਟਾਈਮ ਅੱਜ ਦੇ ਟਾਈਮ ਵਿੱਚ ਵਾਪਸ ਆ ਜੇ, ਅੱਛਾ, ਤੇ ਭਲਾ ਇਸ ਟਾਈਮ ਦੀਆਂ ਗਰਲਸ ਉਹ ਚੀਜ਼ਾਂ ਫੇਸ ਕਰ ਸਕਣਗੀਆਂ? ਅੱਛਾ, ਬਾਕੀ ਤੁਹਾਡੇ ਆਪਣੇ ਵਿਊਜ਼ ਆ। ਮੰਮੀ ਨੂੰ ਪੁੱਛਣਾ ਸੀ ਘਰੇ, ਉਹ ਤਾਂ ਉਹ ਟਾਈਮ 'ਚ ਵਿਆਹ ਹੋਣੇ ਆ ਯਾਰ, ਕਿੰਨੀ ਕੁ ਜੁੱਤੀ ਸੀ, ਵਾਲ ਪੂਰੇ ਰੰਗਾਏ, ਕਦੇ ਐ ਫੈਸ਼ਨ ਪੂਰਾ ਓਕੇ। ਬੇਬੀ ਡੋਲ ਮੈਂ ਸੋਨੇ ਦੀ, ਉਹ ਤਾਂ ਆਂਟੀ ਦਾ ਬੇਬੀ ਡੋਲ ਸੋਨੇ ਦੀ ਬਣੀ ਹੋਈ ਹੈ, ਡੋਲੂ ਸੋਨੇ ਦਾ। ਹਾਂ ਤਾਂ ਬੰਦ, ਚਲੋ ਅਸੀਂ ਰੋਸਟ ਵਾਲਾ ਕੰਮ ਇੱਧਰ ਨਹੀਂ ਲੈ ਕੇ ਆਉਣਾ ਚਾਹੁੰਦੇ, ਸੋ ਚਲੋ ਛੱਡੋ। ਬਾਕੀ ਲੱਗਦਾ ਤਾਂ ਨਹੀਂ ਗਾ ਕਿ ਪੈਰ ਦੀ ਜੁੱਤੀ ਬਣਾਇਆ ਹੋਇਆ ਜਾਂ ਜੇਲ੍ਹ ਦੇ ਵਿੱਚ ਰੱਖਿਆ ਹੋਇਆ। ਆਂਟੀ ਦਾ ਵਿਆਹ ਉਹ ਟਾਈਮ ਦੇ ਵਿੱਚ ਹੀ ਹੋਇਆ ਹੋਇਆ ਵਾ, 90 ਦੀ ਸੈਂਚਰੀ ਦੀ ਗੱਲ ਕਰਦੀ ਪਈ। ਜੇਲ੍ਹ 'ਚ ਅਸੀਂ ਤੂੰ ਜੰਮੀ ਆ, ਤੂੰ ਐਸ਼ਾਂ ਕਰਦੀਆਂ ਪੂਰੀਆਂ, ਤੈਨੂੰ ਲਿਵਿੰਗ ਦੇ ਵਿੱਚ ਰਹਿਣ ਨੂੰ ਭੇਜਤਾ, ਹਜੇ ਉਹ ਪੁਰਾਣੀ ਸੋਚ ਵਾਲੇ ਨੇ, ਤੇ ਤੂੰ ਗੱਲਾਂ ਕਰਦੀ ਪਈ ਆ ਕਿ ਹਾਂ ਅੱਜ ਕੱਲ੍ਹ ਦੀਆਂ ਕੁੜੀਆਂ ਸਹਿ ਲੈਣਗੀਆਂ। ਸਿੰਪਤੀ ਨਾਲ ਹੈ ਜਿਹੜੀ ਗੱਲ ਸੱਚ ਆ ਉਹ ਬੋਲ ਆ ਕੇ, ਤੇਰਾ ਫੇਸ ਦੱਸਦਾ ਪਿਆ ਤੂੰ ਝੂਠ ਬੋਲਦੀ ਪਈ ਆ। ਉਹ ਥੱਲੇ ਵੀ ਕਮੈਂਟ ਕੀਤਾ ਹਾਂਜੀ ਦੀਦੀ, ਹਾਂਜੀ ਬੀਬੀ। ਤੇ ਬਾਕੀ ਤੁਹਾਡੇ ਆਪਣੀ ਥਿੰਕਿੰਗ ਹੈ, ਤੁਸੀਂ ਕਿੱਦਾਂ ਦੀ ਲਾਈਫ 'ਚ ਰਹਿਣਾ ਚਾਹੁੰਦੇ ਹੋ, ਕਿਵੇਂ ਦੀ ਲਾਈਫ 'ਚ ਨਹੀਂ ਰਹਿਣਾ ਚਾਹੁੰਦੇ, ਥੱਲੇ ਲਿਖੇ ਹੋਏ ਆ। ਮੈਂ ਤਾਂ ਇਹ ਚੀਜ਼ ਕਦੀ ਨਹੀਂ ਸੋਚਾਂਗੀ, ਆਪਣੀ ਥਿੰਕਿੰਗ ਹੈ, ਆਪਣੀ ਥਿੰਕਿੰਗ ਨਾਲ ਰਹਿ ਸਕਦਾ। ਕਦੀ ਇਹ ਚੀਜ਼ ਇੱਥੇ ਫੀਲ ਨਹੀਂ ਕਰਾਈ ਕਿ ਤੈਨੂੰ ਤੈਨੂੰ ਜਾਂ ਹੋਰ ਵੀ ਕੁੜੀਆਂ ਨੂੰ ਜੇਲ੍ਹ ਵਿੱਚ ਰੱਖਣਾ ਚਾਹੀਦਾ। ਪੜ੍ਹਿਆ ਲਿਖਿਆ ਇਨਸਾਨ ਨਹੀਂ ਸੋਚੇਗਾ ਕਿ ਮੈਂ ਇੱਕ ਜੇਲ੍ਹ 'ਚ ਰਵਾਂ, ਮੈਂ ਇੰਨਾ ਪੜ੍ਹ ਲਿਖ ਕੇ ਬਸ ਕੰਮ ਵਾਲਾ ਨੌਕਰ ਬਣ ਕੇ ਰਹਿ ਜਾ। ਕਦੀ ਵੀ ਪੜ੍ਹਿਆ ਲਿਖਿਆ ਇਨਸਾਨ ਜਾਂ ਸਭ ਤੋਂ ਜ਼ਿਆਦਾ ਮੈਟਰ ਕਰਦਾ ਇਸ ਚੀਜ਼ ਵਿੱਚ ਸਟੱਡੀ। ਸਭ ਤੋਂ ਜ਼ਿਆਦਾ ਮੈਟਰ ਕਰਦਾ ਇਸ ਚੀਜ਼ ਦੇ ਵਿੱਚ ਸਟੱਡੀ। ਇਹਨੇ PhD ਕਰ ਲਈ ਹੋਣੀ ਆ, PhD ਕਰ ਲਈ ਇਹਨੇ ਲਿਵਿੰਗ ਦੇ ਵਿੱਚ ਰਹਿਣ ਲਈ, ਉਸ ਚੀਜ਼ ਦੀ PhD ਕਰ ਚੁੱਕੀ ਹੈ ਕੁੜੀ, ਦੇਖ ਲਓ ਇੱਡੀ ਛੋਟੀ ਉਮਰ ਦੇ ਵਿੱਚ। ਇਹਨੂੰ ਅਵਾਰਡ ਦੇਣਾ ਬਣਦਾ, ਇਹਨੂੰ ਵੱਡਾ ਕੁੰਡੇ ਵਾਲਾ ਕੱਪ ਦੇਣਾ ਬਣਦਾ, ਕਿ ਕਿੱਡੀ ਬੇਸ਼ਰਮ ਆ ਯਾਰ। ਮਤਲਬ ਕਿ ਏਜ ਆ ਕੁੜੀ ਦੀ, ਤੇ ਲਿਵਿੰਗ ਦੇ ਵਿੱਚ ਰਹਿਣ ਤੋਂ ਬਾਅਦ ਆ ਕੇ ਲੋਕਾਂ ਨੂੰ ਸਲਾਹ ਦਿੰਦੀ ਫਿਰਦੀ ਹੈ ਇਹ।
ਨਾਈਸ ਲੱਖ ਦੀ ਲਾਣਤ ਬਈ ਲੱਖ ਦੀ ਲਾਣਤ ਘਰਦਿਆਂ ਤੇ ਜਿੰਨੀ ਹਾਇਰ ਐਜੂਕੇਸ਼ਨ ਹੋਏਗੀ ਉਨੀ ਉਹਦੀ ਹਾਇਰ ਥਿੰਕਿੰਗ ਵੀ ਹੋਏਗੀ ਅੱਛਾ ਸਟੱਡੀ ਤਾਂ ਇਸ ਚੀਜ਼ ਵਾਸਤੇ ਇੰਪੋਰਟੈਂਟ ਹੈ ਹੀ ਆ ਅੱਛਾ ਅਸੀਂ ਏਦਾਂ ਏਦਾਂ ਦੇ ਲੋਕ ਦੇਖੇ ਆ ਜਿਹੜੇ ਪੜੇ ਨੇ ਉਹਨਾਂ ਦਾ ਦਿਮਾਗ ਚੱਲਦਾ ਨਹੀਂ ਅਸੀਂ ਏਦਾਂ ਦੇ ਲੋਕ ਦੇਖੇ ਆ ਜਿਹਨੇ ਬੜੀ ਹਾਇਰ ਸਟੱਡੀ ਕੀਤੀ ਹੋਈ ਆ ਤੇ ਉਹ ਆਪਣੀ ਘਰ ਵਾਲੀ ਨਾਲ ਨਾ ਬੈਠੇ ਆ ਤਾਂ ਉਹਨਾਂ ਦੀ ਵਾਈਫ ਉਹਨਾਂ ਤੋਂ ਪੁੱਛੇ ਬਿਨਾਂ ਰੋਟੀ ਨਹੀਂ ਖਾਂਦੀ ਅਸੀਂ ਏਦਾਂ ਦੇ ਲੋਕ ਵੀ ਦੇਖੇ ਆ ਤੇ ਉਹ ਬਹੁਤ ਖੁਸ਼ ਨੇ ਉਹ ਚੀਜ਼ ਅਗਲੇ ਮਾਣ ਸਮਝਦੇ ਇੱਜ਼ਤ ਸਮਝਦੇ ਹਾਂ ਤੁਸੀਂ ਤਾਂ ਚਾਹੁੰਦੇ ਹੋ ਐ ਤਾਂ ਮੇਰਾ ਦਿਲ ਸੋਚਦਾ ਮੈਂ ਦੁਬਈ ਰਵਾਂ ਯਾਰ ਇੰਪੋਰਟੈਂਟ ਹੈ ਜਿਹਦੇ ਵਿੱਚ ਇਨਸਾਨ ਰਹਿ ਕੇ ਜਿਵੇਂ ਦੀ ਇਨਵਾਇਰਮੈਂਟ ਵਿੱਚ ਰਹੇਗਾ ਉਵੇਂ ਹੀ ਉਹਦਾ ਦਿਮਾਗ ਚੱਲੇਗਾ ਉਦਾਂ ਹੀ ਉਹ ਅਗਲੇ ਬੰਦੇ ਨੂੰ ਰੱਖੇਗਾ ਅਗਲੇ ਬੰਦੇ ਨਾਲ ਬਿਹੇਵ ਕਰੇਗਾ ਜਿੱਦਾਂ ਦੇ ਇਨਵਾਇਰਮੈਂਟ ਵਿੱਚ ਉਹਨੇ ਸਭ ਚੀਜ਼ਾਂ ਵੇਖੀਆਂ ਨੇ ਅੱਛਾ ਹੁਣ ਮੈਂ ਪੁੱਛਣਾ ਚਾਹੂੰਗੀ ਗਰਲਸ ਥੱਲੇ ਲਿਖਿਆ ਹੋਇਆ ਅਗਰ ਚਲੋ ਮੈਰਿਜ ਹੋ ਜਾਂਦੀ ਹੈ ਸਭ ਦੀ ਹੋਣੀ ਅਗਰ ਤੁਹਾਡੀ ਮੈਰਿਜ ਹੋ ਜਾਂਦੀ ਹੈ ਤੁਹਾਡਾ ਪਾਰਟਨਰ ਬਾਹਰ ਜਾਣ ਲੱਗਿਆ ਤੁਹਾਨੂੰ ਘਰ ਵਿੱਚ ਲੋਕ ਕਰਕੇ ਜਾਏ ਤੇ ਉਹ ਗਰਲਸ ਰਹਿਣਗੀਆਂ ਉਸ ਇਨਸਾਨ ਦੇ ਨਾਲ ਨਕਲੀ ਜੀ ਐਲੀਗੇਸ਼ਨ ਲਾਈ ਜਾਂਦੀ ਪਈ ਆ ਝੂਠਾ ਝੂਠਾ ਨਾਲੇ ਹੱਸੀ ਆ ਰਹੀ ਆ ਉਹਦੀ ਬੋਡੀ ਲੈਂਗੁਏਜ ਦੀ ਦੇਖ ਲੋ ਯਾਰ ਜਿਹੜੀ ਸੱਚ ਹੋ ਆਪਾਂ ਨਾ ਸਾਨੂੰ ਰੀਲਾਂ ਕਿਹੜੇ ਟਾਈਮ ਤੈਨੂੰ ਘਰੇ ਕੈਦ ਕਰਤਾ ਉਸ ਬੰਦੇ ਨੇ ਫੁੱਦੂ ਬਣਾਈ ਜਾਂਦੀ ਆ ਯਾਰ ਤੂੰ ਤਾਂ ਰੀਲਾ ਤਾਂ ਤੂੰ ਗਾਇਆ ਗੋਲੀ ਮਾਰ ਦਿੰਦੀ ਥੱਲੇ ਲਿਖਿਆ ਪਿਆ ਵਾ ਠੀਕ ਆ ਉਹਨੂੰ ਪੜ੍ਹ ਕੇ ਭੁੱਲ ਜਾਂਦੀ ਹੱਸਣ ਇਹ ਤੈਨੂੰ ਡਿਪਰੈਸ਼ਨ ਹੈ ਇਹ ਰੀਲਾ ਵਾਲੀ ਗੋਲੀ ਮਾਰ ਕੇ ਤਾਲਾ ਤੋੜ ਦੇਣਾ ਹੀ ਕਿਉਂਕਿ ਸਾਨੂੰ ਸਾਡੇ ਆਪਣੇ ਨੇਲਸ ਨੇਲਸ ਘਰ ਵਿੱਚ ਲੋਕ ਕਰਕੇ ਨਹੀਂ ਛੱਡਿਆ ਸਾਨੂੰ ਕੀ ਚਾਹੁੰਦੇ ਕੋਈ ਆਂਦਾ ਹੋਊਗਾ ਅੱਛਾ ਸਮਝਦਾਰ ਹੋ ਸਾਰੇ ਅੱਛਾ ਕਿ ਪਿੱਛੋਂ ਦੀ ਕੋਈ ਆਂਦਾ ਹੋਊਗਾ ਸਾਡੇ ਪਿੱਛਿਓਂ ਤੇ ਇਨਸਾਨ ਦਾ ਦਿਮਾਗ ਇੰਨਾ ਜ਼ਿਆਦਾ ਸ਼ੱਕ ਵਹਿਮ ਨਾਲ ਕਿ ਉਹ ਆਪਣੇ ਪਾਰਟਨਰ ਨੂੰ ਘਰ ਦੇ ਵਿੱਚ ਬੰਦ ਕਰਕੇ ਹਮੇਸ਼ਾ ਘਰ ਤੋਂ ਬਾਹਰ ਜਾਏ ਇਹ ਚੀਜ਼ ਮੇਰੇ ਵਰਗੀ ਤਾਂ ਕਦੇ ਨਹੀਂ ਕਰ ਸਕਦੀ ਕਿਉਂਕਿ ਫੈਕਟ ਜੋ ਹੈ ਇਸ ਚੀਜ਼ ਦਾ ਮੈਂ ਅੱਜ ਤੱਕ ਇੱਦਾਂ ਦਾ ਇਨਵਾਇਰਮੈਂਟ ਕਦੀ ਨਹੀਂ ਦੇਖਿਆ ਨਾ ਮੇਰੇ ਪੇਰੈਂਟਸ ਨੇ ਮੈਨੂੰ ਦਿਖਾਇਆ ਨਾ ਹੀ ਮੈਂ ਅੱਗੇ ਦੇਖਣਾ ਪਸੰਦ ਕਰਾਂ ਤੂੰ ਇੱਦਾਂ ਦੇ ਇਨਵਾਇਰਮੈਂਟ ਕਿੱਥੋਂ ਦੇਖ ਲੇਂਗੀ ਤੈਨੂੰ ਲਿਵਿੰਗ ਦੇ ਵਿੱਚ ਰਹਿਣ ਨੂੰ ਭੇਜ ਤਾਂ ਵਾਰ ਵਾਰ ਉਹੀ ਗੱਲ ਆ ਰਹੀ ਆ ਤੈਨੂੰ ਤੇਰੇ ਕਿੱਡੀ ਛੋਟੀ ਉਮਰ ਦੇ ਵਿੱਚ ਤੇਰੀ ਇੰਗੇਜਮੈਂਟ ਰੋਕਾ ਜੇ ਉਹ ਕਰਤਾ ਠੀਕ ਆ ਤੂੰ ਅਗਲੇ ਦੇ ਘਰੇ ਜਾ ਕੇ ਰਹਿੰਦੀ ਸੀ ਉੱਥੇ ਰੋਟੀਆਂ ਬਣਾਉਂਦੀ ਸੀ ਭਾਂਡੇ ਖਾਣਾ ਪੀਣਾ ਸਭ ਕੁਝ ਤੇਰਾ ਉੱਥੇ ਚੱਲਦਾ ਸੀ ਉੱਥੇ ਬੈਠ ਕੇ ਤੇਰਾ ਡਿਨਰ ਬ੍ਰੇਕਫਾਸਟ ਲੰਚ ਚੱਲਦਾ ਸੀ ਰੀਲਾਂ ਬਣਾਉਂਦੀ ਸੀ ਪ੍ਰਮੋਸ਼ਨ ਕਰਦੀ ਸੀ ਯਾਰ ਪਹਿਲੀ ਚੀਜ਼ ਸਭ ਤੋਂ ਮੋਸਟ ਇੰਪੋਰਟੈਂਟ ਤੂੰ ਲਿਵਿੰਗ ਦੇ ਵਿੱਚ ਰਹਿ ਚੁੱਕੀ ਆ ਏਡੀ ਛੋਟੀ ਉਮਰ ਦੇ ਵਿੱਚ ਤੇ ਤੂੰ ਗੱਲਾਂ ਕਰੇਗੀ ਯਾਰ ਆ ਕੇ ਝੂਠ ਮੈਂ ਨਹੀਂ ਰਹਿਣਾ ਪਸੰਦ ਕਰਾਂਗੀ ਪੜ੍ਹੇ ਲਿਖੇ ਤਾਂ ਸਭ ਹੀ ਹੁੰਦੇ ਆ ਨਹੀਂ ਅਸੀਂ ਨਹੀਂ ਹੈਗੇ ਅਸੀਂ ਅਨਪੜ੍ਹ ਕਿਉਂਕਿ ਪਲੱਸ ਟੂ ਤੋਂ ਬਾਅਦ ਜਦੋਂ ਮੈਂ ਆਪਣੀ ਗ੍ਰੈਜੂਏਸ਼ਨ ਸਟਾਰਟ ਕਰਨੀ ਸੀਗੀ ਤੇ ਮੈਨੂੰ ਕਿਸੇ ਨੇ ਆਪਣੇ ਸ਼ੱਕ ਵਹਿਮ ਕਰਕੇ ਪੜ੍ਹਨ ਦੀ ਪਰਮਿਸ਼ਨ ਨਹੀਂ ਦਿੱਤੀ ਸੀ ਅੱਛਾ ਉਸ ਚੀਜ਼ ਕਰਕੇ ਸ਼ੱਕ ਕੀਤੀਆਂ ਮੈਂ ਅੱਛਾ ਮੇਰਾ ਬਹੁਤ ਮਨ ਸੀ ਪੜ੍ਹਨ ਦਾ ਓਹ ਕਿਉਂਕਿ ਮੇਰੇ ਘਰ ਦੇ
ਜੇ ਤੇਰਾ ਬਹੁਤ ਮਨ ਹੋਵੇ ਪੜ੍ਹਨ ਦਾ, ਤੈਨੂੰ ਕੋਈ ਪੜ੍ਹਾਈ ਤੋਂ ਕਰਨ ਤੋਂ ਰੋਕ ਰਿਹਾ, ਉਸ ਤੋਂ ਬਾਅਦ ਤੂੰ ਫ੍ਰੀ ਹੋ ਗਿਆ ਕਿ ਤੈਨੂੰ ਬੰਦਾ ਰੋਕ ਨਹੀਂ ਸਕਦਾ ਪੜ੍ਹਾਈ ਤੋਂ, ਤੂੰ ਉਹਦੇ ਤੋਂ ਅਲੱਗ ਹੋ ਕੇ ਰਹਿਣ ਲੱਗ ਗਿਆ, ਠੀਕ ਹੈ, ਮੰਨ ਲਾ ਤੇਰੀ ਪਾਰਟਨਰ ਸੀ ਉਹ ਤੈਨੂੰ ਪੜ੍ਹਨ ਨਹੀਂ ਦੇ ਰਹੀ ਸੀ, ਠੀਕ ਆ, ਤੈਨੂੰ ਆਇਲਸ ਨਹੀਂ ਕਰਨ ਦੇ ਰਹੀ ਸੀ, ਉਹਦੇ ਤੋਂ ਅਲੱਗ ਹੋ ਗਈ, ਬ੍ਰੇਕਅਪ ਹੋ ਗਿਆ, ਸਭ ਕੁਛ ਹੋ ਗਿਆ, ਉਸ ਤੋਂ ਬਾਅਦ ਤੂੰ ਯੂਟਿਊਬ ਤੇ ਚੈਨਲ ਬਣਾਏਗਾ ਕਿ ਆਪਣੀ ਸਟੱਡੀ ਵੱਲ ਧਿਆਨ ਦੇਗਾ? ਜੇ ਮੇਰੇ ਤਾਂ ਬਾਲਾ ਕੀੜਾ ਪੜ੍ਹਨ ਦਾ, ਮੈਂ ਪੜ੍ਹੂੰਗਾ ਯਾਰ, ਇਹਨਾਂ ਦਾ ਉਹੀ ਤਾਂ ਗੱਲ ਪਿੱਟਦੇ ਆ ਕਿ ਹਜੇ 6 ਮਹੀਨੇ ਤੂੰ ਰਹੀ ਆ, ਕਿੱਡੀ ਤਰ੍ਹਾਂ ਗੈਪ 5 ਸਾਲ ਵਾਲਾ ਪੈ ਗਿਆ, ਉਹੀ ਤਾਂ ਗੱਲ ਹੈ ਨਾ ਵੀ ਬੰਦਾ 28 ਸਾਲ ਵਾਲੇ ਸਟੱਡੀ ਵੀ ਜਿੱਦ ਜਾ ਰਹੇ, ਉਹੀ ਤਾਂ ਗੱਲ ਹੈ, ਬੰਦਾ ਸਟੱਡੀ ਵੱਲ ਧਿਆਨ ਦਊਗਾ ਕਿ ਹਾਂ ਯਾਰ ਵੀ ਮੈਂ ਹੁਣ ਇਸ ਚੀਜ਼ ਬਾਰੇ ਨਹੀਂ ਸੋਚਣਾ ਕਿ ਜਿਹੜੀ ਚੀਜ਼ ਤੇ ਮੇਰੇ ਤੇ ਪਾਬੰਦੀਆਂ ਲੱਗੀਆਂ ਹੋਈਆਂ ਸੀ, ਮੈਂ ਪੜ੍ਹਾਈ ਕਰਨੀ ਹੈ, ਮੈਂ ਆਪਣਾ ਨਾਮ ਬਣਾਉਣਾ ਕੁਛ ਕਰਨਾ, ਬੰਦਾ ਉੱਧਰ ਜਾਊਗਾ ਕਿ ਯੂਟਿਊਬ ਤੇ ਆ ਕੇ ਆਹ ਕੁਛ ਕਰੂਗਾ, ਕਦੇ ਰੀਲਾਂ ਪਟਾਕੇ ਵਾਲੀਆਂ ਰੀਲਾਂ ਬਣਵਾਊਗਾ ਉਹ? ਮਾਨੀ ਤੂੰ ਸੁਪਨਾ ਪੂਰਾ ਕਰ, ਚੈਨਲ ਛੱਡ, ਕਿਸੇ ਨੂੰ ਸ਼ੱਕ ਸੀਗਾ, ਵਹਿਮ ਸੀਗਾ ਇਸ ਚੀਜ਼ ਦਾ ਕਿ ਇਹ ਕਾਲਜ ਨਹੀਂ ਜਾ ਸਕਦੀ, ਸਾਰੇ ਪੜ੍ਹੇ ਲਿਖੇ ਹੋਣ, ਪਰ ਇਹ ਕੁੜੀ ਪੜ੍ਹੀ ਲਿਖੀ ਨਾ ਹੋਵੇ, ਅੱਛਾ, ਇਹ ਚੀਜ਼ ਮੈਨੂੰ ਸ਼ੁਰੂ ਤੋਂ ਪਸੰਦ ਤੇ ਤਾਂ ਮਸਾਲ ਬਣਾਉਂਦੇ ਨੇ ਅਨਪੜਾ ਦੀ, ਮੈਂ ਫਿਰ ਵੀ ਜਦ ਮੈਂ ਤਾਂ ਇਹ ਹੈਰਾਨ ਆ, ਇਹ ਸ਼ੱਕ ਕਰਨ ਵਾਲੀ ਚੀਜ਼ ਹੈਗੀ ਆ, ਹੋਈ ਤਾਂ ਗਿਆ ਰੇ, ਇਹਦੇ ਤੇ ਵੀ ਕੋਈ ਸ਼ੱਕ ਕਰੂਗਾ ਕਿ ਕਾਲਾ ਫੂਣਾ ਵੀ ਚਾਹੀਦਾ ਬੰਦਾ ਕਿ ਆ ਮੇਰੇ ਹੱਥੋਂ ਨਾ ਚੱਲ ਜੇ ਯਾਰ ਮੇਰਾ ਪਿਆਰ, ਇਸ ਚੀਜ਼ ਨਾਲ ਕੰਪਰੋਮਾਈਜ਼ ਕੀਤਾ, ਅਭੀ ਕੋਈ ਛੋਟਾ ਮੋਟਾ ਕਹਿੰਦਾ ਚਾਹੁੰਦਾ ਸੀ ਰਿੰਪਲ ਦੇ ਵਿੱਚ ਪੜੀ ਨਾ ਪੜੇ, ਹਾਂ ਰਿੰਪਲ ਦੇ ਮਸਾਲ ਪੈਦਾ ਕਰਨੀ ਸੀ ਨਾ ਅਨਪੜਾ, ਉਹਦੇ ਘਰ 'ਚ ਸਾਰੇ ਪੜ੍ਹੇ ਲਿਖੇ ਸੀਗੇ, ਪੜ੍ਹੇ ਲਿਖੇ ਹੋਣੇ ਚਾਹੀਦੇ ਸੀਗੇ, ਸਭ ਪੜ੍ਹ ਲਿਖ ਕੇ ਜਾਂ ਵਧੀਆ ਨੌਕਰੀ ਵਾਲੇ ਹੋਣੇ ਚਾਹੀਦੇ ਸੀ, ਬਟ ਇਹੀ ਨਹੀਂ ਪੜ੍ਹੀ ਹੋਣੀ ਚਾਹੀਦੀ ਸੀ, ਇਹ ਯਾਰ ਕਿੱਦਾਂ ਦੀ, ਇਹ ਵੀ ਨਹੀਂ ਪਤਾ ਪਿੱਛੇ ਡੰਡਾ ਇਹ ਚੜਿਆ ਹੋਵੇ, ਇਹ ਭਰਾਵਾ ਕਹਿੰਦੀ ਹੋਵੇ ਮੈਨੂੰ ਬਾਹਰ ਭੇਜ ਪੈਸੇ ਲਾ ਕੇ, ਹੋ ਸਕਦਾ, ਇਹ ਵੀ ਹੋ ਸਕਦਾ, ਪਰ ਉਹ ਬੇਬੀ ਡੋਲ ਮੈਂ ਸੋਨੇ ਦੀ ਕਹਿੰਦੀ ਹੋਊਗੀ ਕਿ ਮੰਗ ਪੈਸੇ, ਤੂੰ ਕਮਾਉਂਦੀ ਆ ਤੇਰੀ ਸ਼ਕਲ ਆਉਂਦੀ ਤੇਰੇ ਕਰਕੇ ਜੂ ਆਉਣ ਲੱਗੇ, ਜਿਹਨੂੰ ਸ਼ੌਂਕ ਹੈ ਪੜ੍ਹਨ ਦਾ ਜਿਹਦਾ ਦਿਲ ਹੋਏਗਾ, ਤੁਸੀਂ ਇੱਕ ਵਾਰੀ ਉਸ ਇਨਸਾਨ ਨੂੰ ਪੁੱਛ ਕੇ ਵੇਖਿਓ ਕਿ ਅਗਰ ਉਹਨੂੰ ਪੜ੍ਹਨ ਦੇ ਨਾਲ ਕੰਪਰੋਮਾਈਜ਼ ਕਰਨ ਵਾਸਤੇ ਕਿਹਾ ਜਾਵੇ, ਭਲਾ ਉਹ ਕੰਪਰੋਮਾਈਜ਼ ਕਰੂ, ਉਹਦੀਆਂ ਕਾਪੀਆਂ ਪਾੜਤੀਆਂ, ਹੁਣ ਇਹੀ ਗੱਲ ਮੈਂ ਕਹਿੰਦਾ, ਜਿਹੜੇ ਲੋਕੀ ਬਾਈ ਸਾਡੀ ਵੀਡੀਓ ਦੇਖਦੇ, ਜਿਹੜੇ ਭੈਣ ਭਰਾ ਠੀਕ ਆ ਸਾਡੀ ਵੀਡੀਓ ਦੇਖਦੇ ਆ, ਕਮੈਂਟ ਜ਼ਰੂਰ ਕਰਿਓ ਜਾ ਕੇ ਇਹਦੀ ਵੀਡੀਓ ਥੱਲੇ ਵੀ, ਠੀਕ ਆ, ਤੇ ਸਾਡੀ ਵੀਡੀਓ ਥੱਲੇ ਵੀ, ਜਿਹੜੇ ਪੜ੍ਹਨ ਦਾ ਸ਼ੌਂਕ ਰੱਖਦੇ ਨੇ, ਇਹ ਕਿਹਾ ਨਾ ਜਿਹਨੂੰ ਪੜ੍ਹਨ ਦਾ ਸ਼ੌਂਕ ਹੋਵੇ ਉਸ ਇਨਸਾਨ ਤੋਂ ਪੁੱਛ ਕੇ ਦੇਖਿਓ, ਜੇ ਤੈਨੂੰ ਪੜ੍ਹਾਈ ਬਾਰੇ ਰੋਕਿਆ ਜਾਵੇ ਤਾਂ ਕੀ ਕੀਤਾ ਜਾਊ ਜੀ, ਵਿਆਹ ਤੋਂ ਬਾਅਦ ਵੀ ਪੜ੍ਹ ਲਈਏ, ਉਹ ਇਹਨੂੰ ਜਾ ਕੇ ਕਮੈਂਟ ਕਰਿਓ, ਸਾਡੇ 'ਚ ਪੜ੍ਹਨ ਦਾ ਜਨੂੰਨ ਆ, ਅਸੀਂ ਪੜ੍ਹਾਈ ਨੂੰ ਕਿੰਨਾ ਇੰਪੋਰਟੈਂਟ ਰੱਖਦੇ ਹਾਂ, ਜਾਂ ਪੜ੍ਹਾਈ ਸਾਡੇ ਲਈ ਸਭ ਤੋਂ ਮੂਹਰੇ ਆ, ਠੀਕ ਆ, ਤੇ ਅਸੀਂ ਯੂਟਿਊਬ 'ਤੇ ਗੰਦ ਨਹੀਂ ਪਾਵਾਂਗੇ, ਆਹ ਕੁਛ ਕਰਾਂਗੇ, ਅਸੀਂ ਪੜ੍ਹਾਈ ਵੱਲ ਜਾਵਾਂਗੇ, ਅਤੇ ਇਸ ਇਨਸਾਨ ਨੂੰ ਜਾ ਕੇ ਨਾ ਵੱਡੇ ਵੱਡੇ ਪੈਰਾਗ੍ਰਾਫ 'ਚ ਮੈਸੇਜ ਲਿਖਿਓ, ਕਮੈਂਟ ਕਰਿਓ ਅਤੇ ਦੱਸਿਓ ਕਿ ਹਾਂ ਵੀ ਪੜ੍ਹਾਈ ਸਾਡੇ ਲਈ ਕਿੰਨੀ ਇੰਪੋਰਟੈਂਟ ਹੈ, ਅਤੇ ਪੜ੍ਹਾਈ ਲਈ ਅਸੀਂ ਕੀ ਕੀ ਚੀਜ਼ਾਂ ਸੈਕਰੀਫਾਈਸ ਕਰ ਸਕਦੇ ਹਾਂ, ਕਿਹੜੀ ਚੀਜ਼ਾਂ ਨਹੀਂ ਸੈਕਰੀਫਾਈਸ। ਮੈਨੂੰ ਕਈ ਕੁੜੀਆਂ ਜਾਣਦੀਆਂ ਜਿਹੜੀਆਂ ਪਹਿਲਾਂ ਪੜ੍ਹਦੀਆਂ ਸੀ, ਬਾਅਦ 'ਚ ਵਿਆਹ ਹੋ ਗਏ, ਚਲੋ ਚਾਹੇ ਲਵ ਮੈਰਿਜ ਜਾਂ ਅਰੇਂਜ, ਗਾਹਾਂ ਅੱਗੇ ਕਹਿੰਦੇ ਸੀ ਅਗਲੇ ਕਿ ਛੱਡ ਪੜ੍ਹਾਈ ਹੈ, ਉੱਪਰ ਅਗਲੇ ਪੜ੍ਹਦੀਆਂ ਪਈਆਂ। ਪੜ੍ਹਾਈ ਯਾਰ ਉਹੀ ਕਹਿ ਇਹ ਕਹਿ ਰਹੀ ਹੈ ਕਿ ਤੇ ਉਹਨਾਂ ਤੋਂ ਪੁੱਛ ਕੇ ਦੇਖੋ, ਜਿਹਨਾਂ ਲਈ ਪੜ੍ਹਾਈ ਜ਼ਰੂਰੀ ਹੈ ਤੇ ਉਹਨੂੰ ਪੜ੍ਹਾਈ ਲਈ ਰੋਕਿਆ ਜਾਵੇ ਤਾਂ ਸਿੰਪਤੀ ਲੈਣ ਨੂੰ ਫਿਰਦੀ ਹੈ, ਸੋ ਜਾ ਕੇ ਜਲੂਸ ਕੱਢੋ, ਪੜ੍ਹਾਈ ਜ਼ਰੂਰੀ ਹੈ, ਕਮੈਂਟਾਂ 'ਚ ਜਾ ਕੇ ਜਲੂਸ ਕੱਢਿਓ ਪੂਰਾ ਰੱਜ ਕੇ, ਕਿ ਜੇ ਪੜ੍ਹਾਈ ਜ਼ਰੂਰੀ ਹੈ ਤੈਨੂੰ ਏਡੀ, ਤਾਂ ਰੀਲਾਂ ਦੇ ਉੱਤੇ ਤੇ ਜ਼ਰੂਰੀ ਸੀ, ਸਕੂਲ ਮੁਰੇ ਲਾਸਟ ਸਟੋਰੀਆਂ ਕਿਉਂ ਕਰਦੀ, ਰੀਲਾਂ 'ਤੇ ਆ ਕੇ ਜਾਂ ਯੂਟਿਊਬ ਦੇ ਉੱਤੇ ਆ ਕੇ ਵਲੌਗ ਕਿਉਂ ਪਾਉਂਦੀ ਪਈ ਆ, ਪੜ੍ਹਾਈ ਕੰਟੀਨਿਊ ਕਰੇ ਆਪਣੀ, ਇਹ ਇਹਨੇ ਕੁਐਸਚਨ 'ਚ ਕਿਹਾ ਤਾ ਸੀ ਸਕੂਲੇ ਗੇੜੀਆਂ ਮਾਰਦੇ ਉੱਤੇ ਪ੍ਰਪੋਜ਼ ਕੀਤਾ, ਪੜ੍ਹ ਲੈਂਦੀ ਨਾ ਆਹ ਕੰਮਾਂ 'ਚ ਕੀ ਸੀ, ਇੱਕ ਟਾਈਮ ਲਿਖੇ ਹੋਏ ਥੱਲੇ ਲਿਖੇ ਹੋਏ
ਮੇਰੀ ਇੰਗੇਜਮੈਂਟ ਹੋ ਚੁੱਕੀ ਸੀਗੀ। ਓਏ ਹਾਏ, ਉਹ ਤਾਂ ਮੈਂ ਇਸੇ ਕਰਕੇ ਵੇਟ 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 ਪੜ੍ਹਾਈ ਵਾਲੀ ਗੱਲ ਇੱਕ ਹੋਰ ਦਿਮਾਗ 'ਚ ਆਈ। ਪੜ੍ਹਾਈ ਵਾਲੀ ਗੱਲ ਸਨੇਹਾ ਨੇ ਕੀਤੀ ਸੀ। ਸਨੇਹਾ ਦਾ ਬਲੌਗ ਸੀਗਾ ਕਿ ਮੈਨੂੰ ਪੜ੍ਹਾਈ ਲਈ ਰੋਕਿਆ ਗਿਆ, ਮੈਂ ਪੜ੍ਹਨਾ ਚਾਹੁੰਦੀ, ਮੈਨੂੰ ਪੜ੍ਹਾਈ ਲਈ ਰੋਕਿਆ ਗਿਆ ਜੀ। ਆ ਗਈ ਗੱਲ ਉੱਥੇ, ਸਨੇਹਾ ਦਾ ਬਲੌਗ ਕਾਪੀ ਹੋ ਗਿਆ ਬਾਈ। ਸਨੇਹਾ ਦਾ ਬਲੌਗ ਦੇਖ ਕੇ ਗੱਲ ਕਾਪੀ ਹੋਈ ਆ। ਚਲੋ, ਮੈਂ ਸੀਰੀਅਸ ਸੀਗੀ ਆਪਣੇ ਰਿਲੇਸ਼ਨਸ਼ਿਪ ਵਿੱਚ। ਹਾਏ ਹਾਏ, ਮਜ਼ਾਕ ਦੇ ਵਿੱਚ ਤਾਂ ਕੋਈ ਵੀ ਨਹੀਂ ਕਰਾਉਂਦਾ। ਹਾਏ ਰੱਬਾ, ਸਾਨੂੰ ਵੀ ਬਚਾ ਲੈ ਸੀ ਮਜ਼ਾਕ। ਹਾਂ, ਚੋਨੂੰ ਕਿਸੇ ਨੇ ਕਦੀ ਨਹੀਂ ਕਰਵਾਈ ਹੋਏਗੀ। ਲਾ ਲੈ ਦੇ ਨਾ। ਮੈਂ ਸੀਰੀਅਸ ਸੀ, ਮੈਂ ਆਪਣੀ ਨੇਲਸ, ਮੈਂ ਸੀਰੀਅਸ ਸੀਗੀ ਉਸ ਰਿਲੇਸ਼ਨਸ਼ਿਪ ਨੂੰ ਲੈ ਕੇ। ਅੱਛਾ, ਕਿੰਨੀ ਵਾਰ ਦੱਸਣਾ? ਜਦੋਂ ਮੇਰੀ ਇੰਗੇਜਮੈਂਟ ਹੋ ਗਈ, ਟਾਈਮ ਬੀਤਦਾ ਗਿਆ ਬੀਤਦਾ ਗਿਆ, ਥੱਲੇ ਲਿਖਿਆ ਹੋਇਆ ਸੀ ਕਿ ਰਿਲੇਸ਼ਨਸ਼ਿਪ ਰਿਹਾ। ਉਹਦੇ ਵਿੱਚ ਮੈਨੂੰ ਕੁਝ ਕੁਝ ਚੀਜ਼ਾਂ ਪਤਾ ਲੱਗਣ ਲੱਗਦੀਆਂ ਸੀ, ਬਟ ਮੈਂ, ਮੈਨੂੰ ਇੰਨੀਆਂ ਵੱਡੀਆਂ ਨਹੀਂ ਲੱਗੀਆਂ ਕਦੀ ਵੀ, ਜਿਹਦੇ ਕਰਕੇ ਮੈਂ ਉਹਨਾਂ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ। ਬਟ ਹੌਲੀ 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 ਵਧੀਆ ਤੋਂ ਚੱਲੇ, ਸਭ ਕੁਝ ਲਿਖਿਆ ਹੋਇਆ ਹੌਲੀ 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 ਹੌਲੀ। ਤੇ ਅਸੀਂ ਡਿਸੀਜਨ ਲਿਆ ਚੰਡੀਗੜ੍ਹ ਸ਼ਿਫਟ ਹੋਣ ਦਾ। ਅੱਛਾ, ਸਭ ਨੂੰ ਇਹ ਚੀਜ਼ ਗਲਤ ਲੱਗੇਗੀ, ਮੇਰੀ ਵੀ ਗਲਤੀ ਸੀ ਇਸ ਚੀਜ਼ ਵਿੱਚ। ਹੁਣ ਮੈਨੂੰ ਪਤਾ ਲੱਗਦਾ ਪਿਆ ਮੇਰੀ ਗਲਤੀ ਸੀ ਉਸ ਚੀਜ਼ ਵਿੱਚ, ਗਲਤੀ ਨਹੀਂ। ਅੱਜ ਦੇ ਟਾਈਮ ਵਿੱਚ ਮੈਂ ਰੱਬ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਵਿਆਹ ਤੋਂ ਪਹਿਲੇ ਇਕੱਠੇ ਰਹਿਣ ਦਾ ਮੌਕਾ ਮਿਲਿਆ। ਜੇ ਮੈਨੂੰ ਨਾ ਮਿਲਿਆ ਹੁੰਦਾ, ਕਦੇ ਵੀ ਕਿਸੇ ਦਾ ਅਸਲੀ ਚਿਹਰਾ ਮੇਰੇ ਸਾਹਮਣੇ ਨਹੀਂ ਸੀ ਆਉਣਾ। ਇੱਕ ਇਨਸਾਨ ਹੁੰਦਾ ਪਰ ਮੈਨੂੰ ਕਿਸੇ ਨੇ ਇਨਸਾਨ ਦੀ ਜਗ੍ਹਾ ਜਾਨਵਰ ਤੱਕ ਨਹੀਂ ਸੀ ਸਮਝਿਆ। ਸਿਰਫ ਆਹੀ ਚੀਜ਼ਾਂ ਨੂੰ ਵਿਊ ਆਉਣੇ, ਇਸ ਤੋਂ ਬਾਅਦ ਜੋ ਮਰਜ਼ੀ ਚੱਜ ਦੇ ਵਲੌਗ ਪਾਈ ਜਾਈ, ਕੁਛ ਮਰਜ਼ੀ ਕਰੀ ਜਾਈ, ਮੋਮ ਮੋਮਸ ਖਾਏ ਪਰਸ਼ੋਤਮ ਜੇ ਖਾਏ, ਵਿਊ ਨਹੀਂ ਆਉਣੇ, ਸਿਰਫ ਇਹੀ ਚੀਜ਼ਾਂ ਨੂੰ ਵਿਊ ਆਉਣੇ ਆ। ਮੋਮ ਮੰਮੀ ਆਪਾਂ ਘਰੇ ਕਹਿ ਕੇ ਦੇਖੀ, ਮੋਮ ਚੱਪਲ ਲਾ ਕੇ ਬਾਹਰ ਨਹੀਂ ਉੱਡ ਕੇ ਚੱਲ, ਮੋਮ ਦਾ ਲੱਗਾ ਯਾਰ, ਕਿੱਡਾ ਝੂਠ ਬੋਲਦੀ। ਮੈਨੂੰ ਜਾਨਵਰ ਵੀ ਨਹੀਂ ਸਮਝਿਆ, ਇਨਸਾਨ ਤਾਂ ਕੀ ਸਮਝਣਾ, ਉਹ ਕਿਵੇਂ ਇਹਨੂੰ ਬਾਈ ਯਾਰ, ਸਭ ਕੁਛ ਮੂਹਰੇ ਪਿਆਉਂਦਾ ਇਹ ਵਲੌਗ, ਸ਼ਿਮਲਾ ਸ਼ਿਮਲਾ ਮੈਂ ਲਾ ਲੈਣਾ, ਸਾਰੀ ਉਮਰ ਨਹੀਂ ਜਾਣਾ, ਅਗਲਾ ਸਾਰੀ ਉਮਰ ਨਹੀਂ, ਮਤਲਬ ਜਾ ਹੁਣ ਤੱਕ ਕੋਈ ਖਾਣ ਪੀਣ ਵਾਲੀ ਗੱਲ ਤੋਂ, ਉਹ ਮੈਗੀਆਂ ਹੀ ਕਿੰਨੀ ਯਾਰ, ਤਾਂ ਮੈਗੀਆਂ ਲਵਾ ਕੇ ਖਾ ਗਏ ਸੀ ਉੱਥੇ ਖੜ ਕੇ। ਹਾਂ, ਗਾਲ ਨਿਕਲ ਗਈ ਆ, ਗਾਲ ਗਾਲ, ਤੁਸੀਂ ਸਾਰੇ ਡਿਪਰੈਸ਼ਨ ਨੂੰ ਬਣਾਇਆ ਕੀ ਹੋਇਆ, ਉਹ ਬੇਸ਼ਰਮੋ, ਉਹ ਡਿਪਰੈਸ਼ਨ, ਉਹ ਟੱਟੀਆਂ ਨੀ ਹੈਗੀਆਂ ਜਿਹੜੀਆਂ ਯਾਰ, ਡਿਪਰੈਸ਼ਨ ਤੁਹਾਨੂੰ ਮਿੰਟੋ ਮਿੰਟ ਹੀ ਦੂਜੇ ਦਿਨ ਲੱਗ ਜਾਂਦਾ। ਸੀਰੀਅਸਲੀ ਬਾਈ, ਕੋਈ ਚੱਜ ਦਾ ਬੰਦਾ ਵਧੀਆ, ਕੋਈ ਯੂਟਿਊਬਰ ਬਲੌਗਰ ਇੱਕ ਵੀਡੀਓ ਬਣਾਓ, ਪ੍ਰੋਪਰ ਡਿਪਰੈਸ਼ਨ ਹੈਗਾ ਕੀ ਆ ਯਾਰ, ਅਸੀਂ ਕੰਟੈਂਟ ਦੱਸ ਦਿੰਦੇ ਆ ਬਾਈ, ਇਸ ਚੀਜ਼ ਦੇ ਉੱਤੇ ਵੀਡੀਓ ਬਣਾਓ ਕਿ ਐਕਚੁਅਲ ਦੇ ਵਿੱਚ ਡਿਪਰੈਸ਼ਨ, ਡਿਪਰੈਸ਼ਨ ਦੀ ਫਾਰਮ ਕੀ ਆ, ਆਪਾਂ ਹੀ ਬਣਾ ਲਾਂਗੇ ਵੀਡੀਓ, ਕਿਸੇ ਡਾਕਟਰ ਦੀ ਵੀਡੀਓ ਦੇ, ਅਸੀਂ ਬਣਾ ਦਾਂਗੇ ਯਾਰ ਇਸ ਚੀਜ਼ ਡਿਪਰੈਸ਼ਨ ਹੁੰਦਾ ਕੀ ਆ, ਇਹਨਾਂ ਨੂੰ ਪਤਾ ਲੱਗੇ ਡਿਪਰੈਸ਼ਨ ਹੁੰਦਾ ਯਾਰ, ਟੱਟੀਆਂ ਸਮਝੀ ਫਿਰਦੇ ਡਿਪਰੈਸ਼ਨ ਨੂੰ, ਦੂਜੇ ਦਿਨ ਲੱਗ ਜਾਂਦੀਆਂ ਕੁਝ ਖਾ ਕੇ ਇਹਨਾਂ ਨੂੰ, ਕੋਈ ਡਿਪਰੈਸ਼ਨ ਗਾਲਾ ਸੁਣਦੇ ਆਈ ਯਾਰ ਵਾਲੇ ਜੀ ਬੰਦੇ। ਮੇਰੀ ਫੈਮਿਲੀ ਨੇ ਕਦੇ ਵੀ ਮੈਨੂੰ ਖਾਣ ਪੀਣ ਤੋਂ ਰੋਕਾ ਟੋਕੀ ਨਹੀਂ ਕੀਤੀ, ਠੀਕ ਆ, ਬਟ ਉਸ ਪਰਸਨ ਦੇ ਨਾਲ ਜਦੋਂ ਮੈਂ ਉੱਥੇ ਸ਼ਿਫਟ ਹੋ ਗਈ, ਉਸ ਪਰਸਨ ਦੇ ਨਾਲ
ਇਦਾਂ ਦੀ ਸਿਚੁਏਸ਼ਨ ਹੈਗੀ ਸੀਗੀ, ਉਹ ਪਰਸਨ ਨੇ ਇਦਾਂ ਦੀ ਸਿਚੁਏਸ਼ਨ ਕ੍ਰੀਏਟ ਕਰ ਦਿੱਤੀ ਸੀ ਕਿ ਮੈਨੂੰ ਚਾਹੇ ਜਿੰਨੀ ਮਰਜ਼ੀ ਭੁੱਖ ਲੱਗ ਜੇ, ਅਗਰ ਉਸ ਬੰਦੇ ਨੂੰ ਨਹੀਂ ਲੱਗੀ ਨਾ ਤੇ ਮੈਂ ਦੋ ਦਿਨ ਵੀ ਰੋਟੀ ਨਹੀਂ ਖਾਊਂਗੀ ਅਗਰ ਉਸ ਬੰਦੇ ਨੂੰ ਦੋ ਦਿਨ ਭੁੱਖ ਨਹੀਂ ਲੱਗੀ। ਮੈਗੀ ਮੋਮੋਜ ਪੀਜ਼ਾ ਪਾਸਤਾ ਤੁਹਾਡੇ ਕਿਵੇਂ ਯਾਰ, ਤੁਸੀਂ ਵਲੌਗ ਦੇ ਵਿੱਚ ਤਾਂ ਖਾਂਦੇ ਰਹਿੰਦੇ ਸੀਗੇ, ਡੇਲੀ ਦੇ ਵਲੌਗ ਆਉਂਦੇ ਤੁਹਾਡੇ ਤੇ, ਡੇਲੀ ਤੁਸੀਂ ਕੋਈ ਨਾ ਕੋਈ ਬਾਹਰ ਦਾ ਖਾਣ ਗਏ ਹੁੰਦੇ ਸੀ, ਪਰਪਲ ਮੈਗੀ ਫਲਾਨਾ ਮੈਗੀ ਯੇ ਮੈਗੀ ਵੋ ਪਾਸਤਾ, ਤੁਹਾਨੂੰ ਰਿੰਪਲ ਰੈਂਸ ਬਾਈ ਕਹਿੰਦਾ ਸੀ ਕਿ ਮੈਗੀਆਂ ਘੱਟ ਖਾਓ ਪਾਸਤਾ ਪੀਜ਼ੇ ਘੱਟ ਖਾਓ ਜਿਹੜਾ ਤੁਸੀਂ ਇੰਨਾ ਖਾਂਦੇ ਹੁੰਦੇ ਸੀ। ਤੂੰ ਯਾਰ ਕਿੱਡੀ ਝੂਠੀ ਆ ਯਾਰ ਇਹ ਕੁੜੀ। ਹੋ ਗਈ ਸੀ ਅੱਛਾ, ਅਗਰ ਮੈਂ ਦੋ ਰੋਟੀਆਂ ਵੀ ਖਾ ਲਈਆਂ ਨਾ ਤੇ ਜੇ ਮੈਂ ਇੱਕ ਐਕਸਟਰਾ ਲੈ ਹੀ ਲਈ ਆ ਖਾਣ ਵਾਸਤੇ, ਮੈਨੂੰ ਉਸ ਚੀਜ਼ ਦੇ ਵੀ ਬੜੇ ਤਾਨੇ ਸੁਣਨ ਨੂੰ ਮਿਲਦੇ ਸੀ ਕਿ ਰਾਸ਼ਨ ਦੀ ਬਰਬਾਦੀ ਹੋ ਰਹੀ ਆ, ਆਪਾਂ ਕਿਉਂ ਪੈਸੇ ਲਿਆਉਣੇ ਆ। ਉਹ ਕਿੱਡੀ ਗਪੌੜ ਭਰਾਵਾ, ਕਿੰਨਾ ਝੂਠ। ਰੋਜ਼ ਰਾਸ਼ਨ ਦੀ ਬਰਬਾਦੀ ਉਦੋਂ ਹੁੰਦੀ ਆ ਜਦੋਂ ਰੋਟੀ ਬਣ ਗਈ ਤੇ ਉਹਨੂੰ ਖਾ ਨਹੀਂ ਰਹੇ, ਡੱਬੇ ਦੇ ਵਿੱਚ ਪਈ ਪਈ ਖਰਾਬ ਹੋ ਗਈ, ਆਟਾ ਗੁੰਨਿਆ ਉਹਨੂੰ ਯੂਜ਼ ਨਹੀਂ ਕੀਤਾ, ਉਹ ਵੀ ਤੁਸੀਂ ਐਕਸਟਰਾ ਬਣਾਈ ਜਾ ਰਹੇ ਹੋ, ਐਕਸਟਰਾ ਬਣਾਈ ਜਾ ਰਹੇ ਖਾ ਰਹੇ ਨਹੀਂ ਤਾਂ। ਤੇ ਜਦੋਂ ਰੋਟੀਆਂ ਬਣਾਉਂਦੇ ਪਏ ਆ ਉਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਹਾਂ ਵੀ ਇੰਨੀਆਂ ਰੋਟੀਆਂ ਬਣ ਗਈਆਂ, ਮੈਂ ਇੰਨੀਆਂ ਖਾਣੀਆਂ ਨੇ, ਤਾਂ ਉਸ ਟਾਈਮ ਬੰਦਾ ਨਹੀਂ ਤੁਹਾਨੂੰ ਰੋਕ ਰਿਹਾ ਕਿ ਹਾਂ ਵੀ ਯਾਰ ਦੋ ਤੂੰ ਖਾਣੀਆਂ ਦੋ ਮੈਂ ਖਾਣੀਆਂ ਪੰਜਵੀਂ ਕਾਹਤੋਂ ਬਣਾ ਰਹੀ ਹਾਂ। ਜਦੋਂ ਬਣ ਗਈਆਂ ਸਭ ਕੁਛ ਹੋ ਗਿਆ ਟਿਫਨ ਚ ਪੈਕ ਹੋ ਗਈ ਖਾਣ ਲੱਗਿਆ ਉਦੋਂ ਬੰਦਾ ਕਹਿ ਰਿਹਾ ਵਾ ਕਿ ਲੈ ਤੂੰ ਰਾਸ਼ਨ ਦੀ ਬਰਬਾਦੀ ਹੋ ਰਹੀ ਆ, ਉਹ ਤੈਨੂੰ ਕਹੂਗਾ ਯਾਰ ਤੂੰ ਕਿਹੜਾ ਪੂਰਾ ਸੋਫਾ ਘੇਰ ਕੇ ਬਹਿ ਜਾਂਦੀ ਆ, ਉਹ ਧੱਠਰ ਗੁੱਲਿਆ ਵਾਂਗੂ, ਤੇ ਵੀ ਜਿਹੜਾ ਤੈਨੂੰ ਖਾਣ ਤੋਂ ਰੁਕ ਦੂ ਤਾਂ ਪਹਿਲਾਂ ਹੀ, ਨਾਲੇ ਚੂਹੀ ਮੂਹੀ ਤੂੰ ਬਣਾਉਂਦੀ ਬਣਾਉਂਦੀ ਇੱਕ ਰਗੜਾ ਦੇ ਜਾਂਦੀ, ਉਹ ਇਹ ਤਾਂ ਖਾਂਦੀ ਇੰਨਾ ਹੁੰਦੀ ਸੀ ਭਰਾਵਾ ਚੱਕਰ ਚੱਕਰ ਕਰਕੇ ਪਕਾਈ ਮਾਰਦੀ। ਇਹ ਯਾਰ ਤੁਹਾਨੂੰ ਮੈਂ ਦੱਸਿਆ ਇਹਦੇ ਨਾ ਥੱਲੇ ਲਿਖਿਆ ਹੋਇਆ, ਇਹਨੇ ਸੁਨੇਹਾ ਦਾ ਵਲੌਗ ਦੇਖ ਲਿਆ, ਇਹਨੇ ਥੱਲੇ ਲਿਖਿਆ ਹੋਇਆ ਗੱਲਾਂ, ਇਹਨੇ ਚਾਰੋਂ ਪੰਜਾਂ ਦੀਆਂ ਜਿਹਨਾਂ ਨੇ ਕਹਾਣੀਆਂ ਹੀ ਬਣਾਈਆਂ ਹੋਈਆਂ ਉਹਨਾਂ ਦੀਆਂ ਜੋੜ ਦੀਆਂ ਵਿੱਚ ਇੱਕ ਉਹਦੀ ਗੱਲ ਆ ਰਹੀ ਹੈ ਦਿੱਲੀ ਕਪਲ ਆ ਉਹਦੀਆਂ, ਕਿਹੜਾ ਪੀ ਆਰ ਕਪਲ, ਉਹਦੀਆਂ ਕੁੜੀ ਦੀਆਂ ਗੱਲਾਂ ਆ ਰਹੀਆਂ ਨੇ ਵਿੱਚ ਤੇ ਵਿੱਚ ਆ ਰਹੀਆਂ ਨੇ ਸੁਨੇਹਾ ਦੀਆਂ ਗੱਲਾਂ, ਇਹਨੇ ਚੱਕ ਕੇ ਵਿੱਚ ਸਿਰਫ ਸਟੱਡੀ ਵਾਲੀ ਗੱਲ ਆ ਜਿਹੜੀ ਉਹ ਵੀ ਸੁਨੇਹਾ ਦੀ ਆ, ਠੀਕ ਆ, ਜਿਹੜੀ ਕੈਦ ਵਾਲੀ ਗੱਲ ਆ ਉਹ ਦੀ ਆ, ਹਜੇ ਦੇਖਦੇ ਹਾਂ। ਹੁਣ ਪੈਸਿਆਂ ਤੋਂ ਇੱਕ ਚੀਜ਼ ਹੋਰ, ਅਸੀਂ ਜਦੋਂ ਵੀ ਮਾਰਕੀਟ ਵਗੈਰਾ ਜਾਂਦੇ ਸੀ ਕੁਛ ਨਾ ਕੁਛ ਖਰੀਦਣ, ਜਾਂ ਰਾਤ ਜਿਵੇਂ ਡਿਨਰ ਬਣਾਉਣ ਵਾਸਤੇ ਲੰਚ ਬਣਾਉਣ ਵਾਸਤੇ ਅਗਰ ਸਾਨੂੰ ਸਬਜ਼ੀਆਂ ਲਿਆਉਣ ਦੀ ਲੋੜ ਪੈ ਜਾਂਦੀ ਸੀ ਤਾਂ ਅਸੀਂ ਲੈਣ ਜਾਂਦੇ ਸੀ, ਅਤੇ ਅਗਰ ਸ਼ੋਪ 'ਤੇ ਮੈਨੂੰ ਕੋਈ ਫਰੂਟ ਵਧੀਆ ਲੱਗਦਾ ਸੀ ਜਾਂ ਮੈਨੂੰ ਪਸੰਦ ਹੁੰਦਾ ਸੀ ਅਤੇ ਜੇ ਮੈਂ ਉਹ ਵੀ ਮੰਗ ਲੈਂਦੀ ਸੀ ਨਾ, ਮੈਨੂੰ ਉਹਦੇ ਵਾਸਤੇ ਵੀ ਇਹ ਚੀਜ਼ ਸੁਣਨ ਨੂੰ ਮਿਲਦੀ ਸੀਗੀ ਕਿ ਸਾਡੇ ਕੋਲ ਪੈਸੇ ਨਹੀਂ ਹੈ ਕਿ ਹਰ ਮਹੀਨੇ ਡੇਢ ਮੰਗ ਲੈਂਦੀ ਸੀ ਨਾ, ਮੈਨੂੰ ਉਹਦੇ ਵਾਸਤੇ ਵੀ ਇਹ ਚੀਜ਼ ਸੁਣਨ ਨੂੰ ਮਿਲਦੀ ਸੀਗੀ ਕਿ ਸਾਡੇ ਕੋਲ ਪੈਸੇ ਨਹੀਂ ਹੈ ਕਿਨਣ ਵਾਸਤੇ, ਜਦ ਕਿ ਹਰ ਮਹੀਨੇ 1.5-2 ਲੱਖ ਸਾਨੂੰ ਮਿਲਦਾ ਪਿਆ, ਪਰ ਉਹਦੇ ਵਿੱਚ ਮੈਨੂੰ ਇੱਕ ਜੇ ਤੋਂ ਗੋੜੇ ਲੱਗੇ ਗੋੜੇ ਆਹੋ ਪਤਾ ਵਾ ਐਲ, ਪਰ ਹੁਣ ਰੋਸਟ ਵਾਲੀ ਵੀਡੀਓ ਨਹੀਂ ਨਾ ਹੈਗੀ ਤਾਂ ਕਰਕੇ ਗੋੜੇ ਹੀ ਕਹੋ ਜੀ, ਉਹ ਕਰ ਗਈ ਨੰਗਾ ਉਹਨੂੰ, ਆਹ ਤਾਂ ਬਈ ਇਹਦਾ ਕੋਈ ਹੱਕ ਹੀ ਨਹੀਂ ਬਣਦਾ ਸੀਗਾ ਉਹਦੀ ਇਨਕਮ ਰਿਵੀਲ ਕਰਨ ਦਾ, ਆਹ ਗਲਤੀ ਸਮਝ ਕੇ ਮੇਰੀ ਨਿਗਾਹ ਪੈਸੇ ਤੇ ਸੀ, ਬਸ ਗੱਲ ਮੁੱਕ ਗਈ ਇੱਥੇ ਮੁੱਕ ਗਈ, 100% ਹੱਲ ਇਹੀ ਨਿਕਲਣਾ, ਮੈਂ ਕਹਿਣਾ ਜੋ ਕਹਿਣਾ
ਬਣਦੇ ਆ ਗੋਲ ਜੀ ਉੱਥੇ ਸੁਣਨਾ ਚਾਹੀਦਾ ਇਹਦੀ ਮਾਤਾ ਪੁੱਛਦੇ ਹੋਣੇ ਕਿੰਨੇ ਕੁ ਬਣਦੇ ਨੇ ਆ ਵੀਡੀਓ ਜੀ ਬਣਾਉਂਦੇ ਤੁਸੀਂ ਐਵੇਂ ਲੋਕੀ ਐ ਬੋਲ ਮੰਮੀ ਲੈ ਇਹਦਾ 1.5-2 ਲੱਖ ਰੁਪਇਆ ਆਉਂਦਾ ਉਹਨੂੰ ਮਹੀਨੇ ਦਾ ਨਾਲ ਹੀ ਉਹਨੇ ਬੋਹਾਲ ਹੋਰ ਪੀਲੇ ਕਰਾ ਲੈ ਲੈ ਕੀ 50,000 ਇੱਧਰ ਆ ਲੈ 50,000 ਲੱਖ ਸਿੱਟ ਜੇ ਨਹੀਂ ਸਿੱਟ ਦੀ ਤਾਂ ਲੱਗ ਉਹ ਆਪਣਾ ਚੈਨਲ ਬਣਾ ਮਾਨੀ ਮੈਂ ਤਾਂ ਲੱਗ ਗਿਆ ਉਹਨੇ ਕਰਾਇਆ ਤੂੰ ਆ ਜਾ ਵਾਪਸ ਤੂੰ ਤੇ ਨਹੀਂ ਕਰਾਇਆ ਹੁਣ ਗੋਲਡਨ ਵਾਲ ਜਿਹੜੀ ਯਾਰ ਉੱਥੇ ਭੇਜ ਦੂਗੀ ਉਹ ਇਹ ਨਹੀਂ ਸਲਾਹ ਦੇ ਸਕਦੀ ਬੁੱਲ ਲਾਲ ਤੇ ਗੋਲਡਨ ਉਹ ਨਾਲੇ ਫਰੂਟ ਵਾਲੀ ਗੱਲ ਕਿੱਡੀ ਬੇਤੁਕੀ ਆ ਕਿ ਮੈਨੂੰ ਫਰੂਟ ਪਸੰਦ ਹੱਸੀ ਆ ਰਹੀ ਆ ਸਾਫ ਝੂਠ ਬੋਲਦੀ ਆ ਕੁੜੀ ਝੂਠੀ ਆ ਇਹ ਮੇਰੇ ਘਰਦਿਆਂ ਬਾਰੇ ਸੋਚਿਆ ਨੀ ਉਹਨੇ ਆਹ ਕਿਹੜੀ ਗੱਲ ਹੋ ਗਈ ਆਪਣੇ ਸਹੁਰਿਆਂ ਨੂੰ ਪੈਸੇ ਉਹ ਕਾਹਦੋਂ ਪੈਸੇ ਦਊਗਾ ਉਹਨੇ ਕੀ ਲੈਣਾ ਦੇਣਾ ਸਾਡੇ ਤੋਂ ਉਹ ਕਿੱਡੇ ਬੇਸ਼ਰਮ ਲੋਕ ਆ ਭਰਾਵਾ ਇਹ ਬੇਸ਼ਰਮ ਬੇਸ਼ਰਮ ਕਿੱਡੀ ਝੂਠੀ ਆ ਇਹਦੀ ਬੋਡੀ ਬੋਡੀ ਲੈਂਗੁਏਜ ਚੈੱਕ ਕਰ ਲਓ ਯਾਰ ਹੁਣ ਜਿਹੜੇ ਭੈਣ ਭਰਾ ਵੀਡੀਓ ਦੇਖਦੇ ਸਾਡੀਆਂ ਵਾ ਨਾ ਕਮੈਂਟ ਕਰ ਦਿਓ ਤੁਸੀਂ ਕਮੈਂਟ ਕਰਿਓ ਠੋਕ ਕੇ ਕਮੈਂਟ ਕਰਿਓ ਜਿੱਡਾ ਮਰਜ਼ੀ ਵੱਡਾ ਪੈਰਾਗ੍ਰਾਫ ਲਿਖਿਓ ਤੁਸੀਂ ਇਹਦੀ ਬੋਡੀ ਲੈਂਗੁਏਜ ਚੈੱਕ ਕਰ ਲਓ ਕਿ ਤੁਸੀਂ ਆਪ ਕਹੋਗੇ ਕੁੜੀ 100% ਝੂਠ ਬੋਲਦੀ ਪਈ ਆ ਉਹਦੀ ਬੋਡੀ ਲੈਂਗੁਏਜ ਚੈੱਕ ਕਰੋ ਉਹਦਾ ਫੇਸ ਐਕਸਪ੍ਰੈਸ਼ਨ ਚੈੱਕ ਕਰੋ ਇੱਕ ਇੱਕ ਗੱਲ ਦੇ ਉੱਤੇ ਉਹ ਕਿਵੇਂ ਜਿਹੜੀ ਗੱਲ ਨੂੰ ਪਤਾ ਨਾ ਕਿ ਕਿਹੜੀ ਗੱਲ ਨੂੰ ਕਿਵੇਂ ਰੀਪ੍ਰਜੈਂਟ ਕਰਨਾ ਕਿਵੇਂ ਪੇਸ਼ ਕਰਨੀ ਆ ਗੱਲ ਉਹ ਉਸ ਹਿਸਾਬ ਨਾਲ ਉਸ ਵਰਡ ਨੂੰ ਚੱਕ ਕੇ ਉੱਦਾਂ ਆਪਣਾ ਫੇਸ ਬਣਾ ਕੇ ਗੱਲ ਨੂੰ ਅੱਗੇ ਰੱਖਦੀ ਪਈ ਆ ਮੈਂ ਕਦੀ ਗੱਲ ਕਰਨੀ ਨੀ ਸੀ ਪਰ ਹੁਣ ਮੈਂ ਕਰਦੀ ਪਈ ਆ ਪੈਸੇ ਵਾਲੀ ਗੱਲ ਵੀ ਪੈਸੇ ਵਾਲੀ ਗੱਲ ਵੀ ਆ ਗਈ ਸੁਨੇਹਾ ਵਾਲੀ ਸੁਨੇਹਾ ਵੀ ਕਹਿੰਦੀ ਪਈ ਸੀ ਨਾ ਕਿ ਪੈਸਿਆਂ ਦਾ ਮੈਨੂੰ ਕੋਈ ਲੈਣਾ ਦੇਣਾ ਨੀ ਪੈਸਿਆਂ ਪਿੱਛੇ ਮੈਨੂੰ ਲੋਕੀ ਬੋਲਦੇ ਪਏ ਆ ਇਦਾਂ ਇਹਨੇ ਵੀ ਪੈਸਿਆਂ ਦੀ ਗੱਲ ਰੱਖਤੀ ਫੈਲਾ ਰਹੇ ਆ ਤੇ ਫਿਰ ਮੈਂ ਸੱਚ ਕਿਉਂ ਨਾ ਬੋਲਾਂ ਹੋਰ ਗੱਲਾਂ ਮੈਂ ਮੈਨੂੰ ਇੰਨਾ ਕੁ ਜ਼ਿਆਦਾ ਟੋਰਚਰ ਕਰ ਦਿੱਤਾ ਗਿਆ ਸੀ ਕਿ ਮੈਂ ਡਿਪਰੈਸ਼ਨ ਦੇ ਵਿੱਚ ਆ ਕੇ ਆਪਣੇ ਆਪ ਨੂੰ ਖਤਮ ਤੱਕ ਕਰਨ ਦੀ ਕੋਸ਼ਿਸ਼ 2 ਵਾਰ ਕਰ ਲਿੱਤੀ ਗਪੋੜ ਆ ਕੰਮ ਗਪੋੜ ਮੈਂ ਡਿਪਰੈਸ਼ਨ ਚ ਆ ਗਈ ਤਾਂ ਮੈਂ 2 ਵਾਰ ਸੁਸਾਈਡ ਕਰਨ ਦੀ ਕੋਸ਼ਿਸ਼ ਕਰ ਲਈ ਮੈਂ ਸੁਸਾਈਡ ਕਰਨ ਦੀ ਕੋਸ਼ਿਸ਼ ਕਰ ਲਈ ਧਾਗਾ ਤਾਂ ਨੀ ਪਾਲਿਆ ਗੱਲ ਚ ਰੀਲ ਵਾਲਾ ਦੀਵਾਰਾਂ ਚ ਸਿਰ ਮਾਰਨ ਲੱਗ ਗਈ ਸੀ ਦੇਖੀ ਕਿਵੇਂ ਉਹ ਕਰਦੀ ਪਈ ਸਿੰਪਤੀ ਗਈ ਕੀ ਦੇਖਣਾ ਪੈ ਰਿਹਾ ਯਾਰ
ਇਹ ਦੇਖੋ ਗਾਈਸ, ਤੁਸੀਂ ਇਹਨਾਂ ਨੂੰ ਵਿਊ ਦੇ ਦਿੰਦੇ ਹੋ, ਸਬਸਕ੍ਰਾਈਬ ਕਰੀ ਜਾਂਦੇ ਹੋ, ਹਨਾ, ਅਸੀਂ ਤੁਹਾਡੇ ਚਿਹਰਾ ਦੇਖੋ ਤੁਸੀਂ ਬਰਦਾਸ਼ਤ ਕਰ ਰਹੇ ਦੇਖ ਰਹੇ, ਅਸੀਂ ਤੁਹਾਡੇ ਲਈ ਇਹ ਕੁਛ ਦੇਖਦੇ ਹਾਂ ਤੇ ਨਾਲ ਬੋਲਦੇ ਹਾਂ, ਨਾਲ ਐਡਿਟ ਕਰਦੇ ਹਾਂ, ਪ੍ਰੋਪਰ ਕਿੰਨੀ ਮਿਹਨਤ ਕਰਦੇ ਹਾਂ, ਫਿਰ ਵੀ ਸਾਨੂੰ ਸਬਸਕ੍ਰਾਈਬ ਨਹੀਂ ਕਰਦੇ ਯਾਰ ਤੁਸੀਂ, ਤੁਹਾਨੂੰ ਸਾਡੇ ਤੇ ਜਮਾ ਤਰਸ ਨਹੀਂ, ਪਾਪਾ ਵੀ ਕਰੀਏ ਦੇ ਕਹਿੰਦੇ ਤੁਹਾਨੂੰ ਸਾਡੇ ਤੇ ਜਮਾ ਤਰਸ ਨਹੀਂ ਆਉਂਦਾ, ਪਲੀਜ਼ ਮੈਨੂੰ ਅਗਲਾ ਪੁਆਇੰਟ ਕੀ, ਅਗਲਾ ਪੁਆਇੰਟ ਕੀ, ਇਹ ਕਹਿਣਾ ਮੈਂ ਕੀ ਹੈ, ਦੇਖ ਲਓ ਗਾਈਸ ਕਿ ਹੁਣ ਤੁਸੀਂ ਜ਼ਿਆਦਾ ਤੁਹਾਨੂੰ ਖੁੱਲ ਕੇ ਦੱਸਾਂ ਅੱਜ ਤੇ ਮੈਂ ਦੀਵਾਰਾਂ 'ਚ ਤਾਂ ਸਿਰ ਮਾਰਦੀ ਮਾਰਦੀ ਸੀਗੀ, ਮੈਂ ਕਿੰਨੀਆਂ ਚੀਜ਼ਾਂ ਆਪਣੇ ਸਿਰ ਤੇ ਮਾਰ ਕੇ ਤੋੜਦੀਆਂ ਸੀ ਕਿ ਮੈਂ ਇੰਨੀ ਜਾਂਦੀ ਉਹ ਪਹਿਲਾਂ ਟਿਊਬਾਂ ਨਹੀਂ ਮਾਰ ਲੈਂਦੀ ਸਿਰ ਤੇ ਪਾਉਂਦੀ ਸਰੀਆ ਹੁੰਦਾ ਸੀ, ਸਰੀਆ ਉਹ ਲੈ ਕੇ ਉਹਦੇ ਵਿੱਚੋਂ ਨਿਕਲਦੀ ਹੁੰਦੀ ਸੀ, ਉਹਦੇ ਵਿੱਚੋਂ ਨਿਕਲਦੀ ਹੁੰਦੀ ਸੀ ਸਰੀਆ ਦੁਖੀ ਹੋ ਚੁੱਕੀ ਸੀ ਉਹਨਾਂ ਚੀਜ਼ਾਂ ਤੋਂ, ਸਾਡੇ ਇੱਥੇ ਹੋਦੀ ਦਾ ਢੱਕਣ ਟੁੱਟਿਆ ਪਿਆ ਯਾਰ, ਉਹ ਮੈਨੂੰ ਲੱਗਦਾ ਇਹ ਡਿੱਗੀ ਹੈ ਇਹਦੇ ਕਰਕੇ ਟੁੱਟਿਆ ਹੋਇਆ, ਸਾਰਾ ਦਿਨ ਕੰਮ ਕਰਕੇ ਵੀ ਰੋਟੀਆਂ ਬਣਾ ਕੇ ਸਾਰਾ ਕੰਮ ਕਰਕੇ ਸੇਵਾ ਵਿੱਚ ਸਾਰਾ ਦਿਨ ਕੱਢ ਕੇ ਮੇਰਾ ਦਿਲ ਲੱਤਾਂ ਤੱਕ ਘੁੱਟ ਕੇ ਸੌਂਦੀ ਸੀਗੀ, ਕੀ ਹੋ ਗਿਆ ਇਹਦੇ ਚ, ਕੀ ਗੱਲ ਹੋ ਗਈ ਲੱਤਾਂ ਘੁੱਟਤੀਆਂ ਜੇ ਹੁਣ ਆਪਦੇ ਯਾਰ, ਉਹ ਮੈਂ ਏਂਜਲ ਸ਼ਿਵਮ ਦਾ ਵਲੌਗ ਦੇਖਿਆ, ਸ਼ਿਵਮ ਕੰਮ ਤੋਂ ਆਇਆ ਪਹਿਲੇ ਦਿਨ ਦਾ ਵਲੌਗ ਸੀਗਾ, ਜਿਸ ਦਿਨ ਉਹ ਪਹਿਲੇ ਦਿਨ ਕੰਮ ਤੇ ਗਿਆ ਕਦੇ ਉਦੋਂ ਮੈਂ ਕਲਿੱਪ ਜੀ ਦੇਖਦਾ ਪਿਆ ਤੇ ਉਹ ਵਲੌਗ ਦੇਖਿਆ, ਉਹ ਕੰਮ ਤੋਂ ਆਇਆ ਤੇ ਏਂਜਲ ਉਹਦੇ ਪੈਰ ਘੁੱਟਦੀ ਪਈ ਹੈ, ਤੇ ਯਾਰ ਕਰਵਾ ਜਿਹੜਾ ਆਪਣਾ ਪਾਰਟਨਰ ਹੈ ਜਿਹੜਾ ਯਾਰ, ਉਹ ਤਾਂ ਬੰਦਾ ਕਹਿ ਹੀ ਦਿੰਦਾ ਲੈ ਸਾਡਾ ਕੋਈ ਭਰਾ ਹੈ, ਆਪਣੀ ਨਵੀਂ ਲਾਈਫ ਸਟਾਰਟ ਕਰ ਲੇ, ਜਿੱਥੇ ਇਨਸਾਨ ਨੂੰ ਸਾਹ ਲੈਣ ਦੀ ਪਰਮਿਸ਼ਨ ਨਹੀਂ ਹੈਗੀ, ਉਹ ਇਨਸਾਨ ਸਾਰੀ ਜ਼ਿੰਦਗੀ ਆ ਚੀਜ਼ਾਂ ਆਹੋ ਤੇ ਦਾ ਆਕਸੀਜਨ ਸਿਲੰਡਰ ਲੱਗ ਜਾਂਦੀ, ਸਾਹ ਲੈਣ ਦੀ ਪਰਮਿਸ਼ਨ ਨਹੀਂ ਹੈਗੀ, ਪਤਾ ਨਹੀਂ 1.5 ਸਾਲ 6 ਮਹੀਨੇ ਉੱਥੇ ਕਿਵੇਂ ਬਿਨਾ ਸਾਹ ਲਏ ਰਹੀ ਜਾਂਦੀ ਸੀ ਭਰਾਵਾ, ਇਹ ਉਹ ਕਿੰਨੇ ਮਿੰਟ ਦਾ ਯਾਰ ਇਸ ਕਰੂਗਾ,
ਮੈਂ ਬੜੇ ਆਰਾਮ ਨਾਲ ਆਪਣੀ ਇੰਗੇਜਮੈਂਟ ਤੋਂ ਬਾਅਦ ਆਪਣਾ ਸਟੈਪ ਬੈਕ ਕਰ ਸਕਦੀ ਸੀ ਪਰ ਮੈਨੂੰ ਕਰਨਾ ਸੀ ਫਿਰ ਜੇ ਐਡਾ ਕੋਈ ਫੇਸ ਕਰਦੀ ਵੀ ਸੀ ਕਰਦੀ ਫਿਰ ਇਸ ਚੀਜ਼ਾਂ ਵਾਸਤੇ ਪਰ ਉਹ ਚੀਜ਼ਾਂ ਹੋਰ ਵਰਸਟ ਹੁੰਦੀਆਂ ਗਈਆਂ ਓਏ ਹੋਏ ਜਿਹਦੇ ਕਰਕੇ ਹੁਣ ਤੁਸੀਂ ਖੁਦ ਸੋਚ ਲਓ ਮੈਂ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਲਈ ਪ੍ਰੂਫ ਨਹੀਂ ਹੋਣਗੀਆਂ ਬਿਲਕੁਲ ਪ੍ਰੂਫ ਕਿੱਥੇ ਆ ਪ੍ਰੂਫ ਬਿਨਾਂ ਪ੍ਰੂਫ ਤੋਂ ਨਹੀਂ ਮੰਨਿਆ ਜਾਊਗਾ ਕੁਛ ਵੀ ਸਨੇਹਾ ਨੇ ਪ੍ਰੂਫ ਲਾਇਆ ਉਸ ਚੀਜ਼ ਨੂੰ ਅਸੀਂ ਮੰਨਿਆ ਕਿਉਂਕਿ ਉਹ ਸਨੇਹਾ ਦੇ ਪੱਟੀ ਬੰਨੀ ਵੀ ਦੇਖੀ ਹੋਈ ਆ ਉਹ ਵਲੌਗਾਂ ਦੇ ਵਿੱਚ ਕਿ ਹਾਂ ਉਹਨੇ ਕੁਛ ਕੀਤਾ ਹੋਇਆ ਜਾਂ ਉੱਥੇ ਕੁਛ ਹੋਇਆ ਪ੍ਰੂਫ ਕਿੱਥੇ ਆ ਕਰਨ ਕੀ ਲੱਗੀ ਸੀ ਹਰੀ ਮਿਰਚ ਖਾਣ ਲੱਗੀ ਸੀ ਨਹੀਂ ਕਿ ਲੂਣ ਵੱਧ ਖਾ ਲਿਆ ਇਹਨੇ ਕੀ ਕੀਤਾ ਨੇ ਰਬੜ ਚੜਾ ਲਈ ਸੀ ਚੀਜ਼ੀ ਤੇ ਇੱਥੇ ਖੂਨ ਇਕੱਠਾ ਕਰ ਲਿਆ ਸੀਗਾ ਸੁਸਾਈਡ ਕਰਨ ਲਈ ਇੱਥੋਂ ਸਾਹ ਘੁੱਟਿਆ ਜਾਊਗਾ ਇੱਥੋਂ ਸਾਹ ਘੁੱਟਿਆ ਜਾਊਗਾ ਇਹਨੂੰ ਆਏ ਸੀ ਕਹਿੰਦੇ ਚੀਜ਼ੀ ਤੇ ਰਬੜ ਟੈਡ ਕਰਕੇ ਚੜਾ ਲਈ ਕਿ ਇੱਥੋਂ ਖੂਨ ਇਕੱਠਾ ਹੋ ਗਿਆ ਤੇ ਸਾਹ ਘੁੱਟਿਆ ਜਾਊਗਾ ਆ ਤਾਂ ਪੱਕੀ ਗੱਲ ਹੈ ਜਦੋਂ ਕੋਈ ਲੱਗ ਗਿਆ ਨਾ ਜਿਹੜੇ ਸੋਸ਼ਲ ਮੀਡੀਆ ਵਾਲੇ ਪੱਕੇ ਪੁਆਇੰਟ ਨੇ ਤਾਂ ਡਿਪਰੈਸ਼ਨ ਮੈਂ ਡਿਪਰੈਸ਼ਨ ਮੈਂ ਸੁਸਾਈਡ ਕਰਨ ਲੱਗਾ ਸੀ ਮੇਰਾ ਮੇਰੇ ਤੇ ਕੁੱਟ ਮਾਰ ਹੋਈ ਹਾਂ ਤੇ ਇੱਕ ਪੁਆਇੰਟ ਹੋਰ ਹੁੰਦਾ ਫੈਮਿਲੀ ਚ ਦੱਸ ਨਹੀਂ ਸਕਦਾ ਪੈਸਿਆਂ ਵਾਲਾ ਮੈਨੂੰ ਆਪਣੀ ਪਰਮਿਸ਼ਨ ਨਾਲ ਕੁਛ ਵੀ ਖਾਣ ਦੀ ਉਹ ਨਹੀਂ ਸੀਗੀ ਨਾ ਕਿ ਪਰਮਿਸ਼ਨ ਨਹੀਂ ਹੁੰਦੀ ਸੀਗੀ ਜੇ ਮੈਂ ਆਪਣੀ ਮਰਜ਼ੀ ਨਾਲ ਕੁਛ ਵੀ ਆਰਡਰ ਕਰਨਾ ਜਾਂ ਖਾਣਾ ਰਿੰਪਲ ਰਿਮਸ ਬਾਈ ਦਾ ਕੋਈ ਪ੍ਰੋਗਰਾਮ ਆ ਜੇ ਸਾਨੂੰ ਲੱਭਿਆ ਤਾਂ ਅਸੀਂ ਕਲਿੱਪ ਲਾ ਦਾਂਗੇ ਬਾਕੀ ਤੁਸੀਂ ਜਾ ਕੇ ਦੇਖ ਲਿਓ ਯਾਰ ਹੈ ਨਾ ਉਹਦੇ ਵਿੱਚ ਸਪੈਸ਼ਲ ਉਹ ਮਯੰਕ ਇਹਨੂੰ ਕਹਿ ਰਿਹਾ ਕਿ ਮਾਨੀ ਆਰਡਰ ਕਰ ਕੀ ਖਾਣਾ ਵਾ ਸਪੈਸ਼ਲ ਉਹ ਬੰਦਾ ਕਹਿ ਰਿਹਾ ਇਹਨੂੰ ਸਪੈਸ਼ਲ ਕਿ ਆਰਡਰ ਕਰ ਕੀ ਖਾਣਾ ਵਾ ਮੋਮੋਸ ਤੁਹਾਡੇ ਲਈ ਰਗੜਦੀ ਹਾਂ ਮੈਨੂੰ ਕੁਝ ਹੋਰ ਵੀ ਚਾਹੀਦਾ ਹੁੰਦਾ ਸੀ ਨਾ ਕਿ ਮੈਨੂੰ ਜ਼ਰੂਰਤ ਹੁੰਦੀ ਸੀ ਮੈਨੂੰ ਕਿਸੇ ਚੀਜ਼ ਦਾ ਸ਼ੌਂਕ ਹੁੰਦਾ ਸੀ ਮੈਂ ਆਪਣੇ ਘਰਦਿਆਂ ਨੂੰ ਫੋਨ ਕਰਦੀ ਸੀ ਕਿ ਤੁਸੀਂ ਇਹ ਚੀਜ਼ ਲੈ ਕੇ ਮੇਰੇ ਵਾਸਤੇ ਭੇਜ ਦਿਓ ਮੰਮੀ ਦੋ ਕੇਲੇ ਖਾਣੇ ਆ ਮੈਂ ਭੇਜ ਦੀ ਗੱਪ ਅੰਮ੍ਰਿਤਸਰ ਤੋਂ ਚੰਡੀਗੜ੍ਹ ਭੇਜ ਦੇ ਜਿਹੜਾ ਲੋਕਾਂ ਨੇ ਦੇਣ ਕੋਣ ਆਇਆ ਸੀ ਉੱਤੇ ਕੋਈ ਵੀ ਨਹੀਂ ਆਇਆ 99 99 ਪੋਜ਼ਿਟਿਵਿਟੀਆਂ ਤੇ ਇੱਕ ਨੈਗੇਟਿਵਿਟੀ ਹੋਵੇ ਤੇ ਉਹ ਇਨਸਾਨ ਉਸ ਚੀਜ਼ ਨੂੰ ਨਹੀਂ ਭੁੱਲ ਸਕਦਾ ਇੱਕ ਨੈਗੇਟਿਵਿਟੀ ਹੋਏਗੀ ਇਨਸਾਨ ਇੱਕ ਨੈਗੇਟਿਵਿਟੀ ਹੋਏਗੀ ਨਾ ਮੇਰੇ ਨਾਲ 99 ਤੇ ਇੱਕ ਪੋਜ਼ਿਟਿਵਿਟੀ ਸੀਗੀ ਕੁਛ ਉਧਰੋਂ ਚੱਕ ਲਿਆ ਕੁਛ ਇਧਰੋਂ ਚੱਕ ਲਿਆ ਕੁਛ ਉਧਰੋਂ ਇਕੱਠਾ ਕਰਕੇ ਇਹਨੇ ਲਿਖ ਲਿਆ ਕਾਪੀ ਤੇ ਇਹਨੇ ਦੇਖਿਆ ਕਿ ਬਸ ਰਿਪਲਾਈ ਜੇ ਵੋ ਮੈਂ ਕੀ ਕੁਛ ਸਿਆ ਇੱਥੇ ਵਿਊ ਆਉਣਗੇ ਚਲੋ ਜੀ ਇੱਕ ਵਿਊ ਇੱਕ ਬਲੌਗਸ ਤੇ ਵਿਊ ਆ ਜਾਣਗੇ ਦੋ ਤੇ ਆ ਜਾਣਗੇ ਤਿੰਨ ਤੇ ਚਾਰ ਤੇ ਆ ਜਾਣਗੇ ਪੰਜ ਰਿਪਲਾਈ ਦੇ ਦੇਗੀ ਵੱਧ ਤੋਂ ਵੱਧ 10 ਰਿਪਲਾਈ ਦੇ ਦੇਗੀ ਫਿਰ ਤਾਂ ਆਪਣਾ ਕੰਟੈਂਟ ਲੈ ਕੇ ਆਏਗੀ ਉਹਨੂੰ ਵਿਊ ਨਹੀਂ ਆਉਣੇ ਬਿਲਕੁਲ ਨਹੀਂ ਕਿਹਾ ਜਾਂਦਾ ਪਰ ਲੋਕਾਂ ਨੇ ਉਦ ਤੱਕ 50 ਕੇ ਸਬਸਕ੍ਰਾਈਬ ਕੋਈ ਚੱਕਰ ਨਹੀਂ 22 ਵਾਲਾ ਕੰਮ ਹੋਊਗਾ ਉਸ ਪਰਸਨ ਨੇ 50 ਕੇ ਸਬਸਕ੍ਰਾਈਬ 2 ਕੇ ਵਿਊ ਦਿੱਤੀ ਕਿ ਮੈਂ ਸਾਰੀ ਜ਼ਿੰਦਗੀ ਨਾ ਤੈਨੂੰ ਮਰਨ ਜੋਗਾ ਛੱਡਾਂਗਾ ਨਾ ਤੈਨੂੰ ਜੀਣ ਜੋਗਾ ਛੱਡਾਂਗਾ ਓਏ ਹੋਏ ਏਡਾ ਉਹ ਏਡਾ ਸਾਰੀ ਜ਼ਿੰਦਗੀ ਰੋਂਦੀ ਓਏ ਏਡਾ ਵੀ ਨਹੀਂ ਹੈਗਾ ਸਸਤਾ ਸੰਜੇ ਦਾ ਸਟੈਪ ਬੈਕ ਨਹੀਂ ਕਰੇਂਗੀ ਮੇਰੇ ਤੋਂ ਪਰ ਮੈਂ ਇਦਾਂ ਹੀ ਤੈਨੂੰ ਆਪਣੀ ਜੁੱਤੀ ਦੀ ਨੋਕ ਤੇ ਰੱਖਾਂਗਾ ਮੇਰੀਆਂ ਕਰਤੂਤਾਂ ਹੀ ਆਪਣੇ ਘਰਦਿਆਂ ਨੂੰ ਨਾ ਦੱਸਦੇ ਇਸ ਚੀਜ਼ ਤੇ ਵੀ ਕਿਸੇ ਨੇ ਕਿਹਾ ਸੀ ਉਸ ਕੁੜੀ ਦਾ ਘਰ ਕਦੇ ਵੀ ਨਹੀਂ ਵਸਦਾ ਜੋ
ਆਪਣੇ ਘਰ ਦੀਆਂ ਡਸ ਕਰੇ ਜਾਂਦੇ ਸੀ ਉਹ ਤਾਂ ਉਹਨਾਂ ਤੱਥੜ ਗੁੱਲੇ ਨਾਲ ਜਿੰਮ ਚੱਲ ਜਾਂਦਾ ਸੀ ਮਗਰੋਂ ਫੇਰ ਫੋਨ ਲੈ ਦੇ ਇਹਦਾ ਝੂਠ ਬੋਲਦੀ ਪਈ ਆ ਕਿ ਮੇਰੇ ਘਰਦਿਆਂ ਨਾਲ ਗੱਲ ਕਰਨ ਤੱਕ ਦਾ ਮੈਨੂੰ ਕੈਦ ਚ ਰੱਖਿਆ ਮੈਨੂੰ ਉਹ ਜਿੰਮ ਜਾਂਦਾ ਸੀ ਉਹ ਕੁੜੀ ਨਾਲ ਤੋਂ ਇਕੱਲੀ ਹੁੰਦੀ ਸੀ ਉਹਦੇ ਘਰ ਵਾਲੀ ਨਾਲ ਉਹਦੇ ਫੋਨ ਤੋਂ ਕਰ ਲੈਂਦੀ ਜੇ ਤੇਰਾ ਫੋਨ ਲੈਣ ਦੇ ਝੂਠ ਸਰੇਆਮ ਝੂਠ ਆ ਯਾਰ ਸਰ ਤੁਹਾਨੂੰ ਤਾਂ ਹੀ ਤਾਂ ਕਹੀ ਨਵੇਂ ਦੀ ਬੋਡੀ ਲੈਂਗੁਏਜ ਦੀਆਂ ਗੱਲਾਂ ਦੇਖੋ ਝੂਠ ਬੋਲਦੀ ਪਈ ਆ ਨਹੀਂ ਵੱਜਦਾ ਵਾਕਈ ਗੱਲ ਇਹ ਸੱਚ ਆ ਆਪ ਹੀ ਘਰੇ ਦੱਸਦੀ ਹੋਣੀ ਆ ਕਿ ਹਾਂ ਮੰਮੀ ਇੰਨੀ ਇਨਕਮ ਆਈ ਯੂਟਿਊਬ ਤੋਂ ਪਤਾ ਤੁਹਾਨੂੰ ਆਪਣੇ ਬੇਬੀ ਡੋਲ ਪੁੱਛਦੀ ਹੋਣੀ ਆ ਸੋਨੇ ਦੀ ਕਿ ਹਾਂ ਕਿੰਨੇ ਘਰੇ ਪਾਏ ਉਹਨੇ ਆਪਣੇ ਉਹਨੇ ਘਰੇ ਪਾਇਆ 1.5 ਲੱਖ ਰੁਪਇਆ ਅੱਛਾ ਮੰਮੀ ਤੇ ਤੂੰ ਤੂੰ ਮੰਗ ਕੁਛ ਤੂੰ ਕਿਉਂ ਨੀ ਮੰਗਦੀ ਕਮਲੀ ਕੱਲ ਉਹਨੂੰ ਪਤਾ ਸੀ ਜੇ ਇਹ ਚੈਨਲ ਉੱਥੇ ਬਣਾਉਂਦੀ ਹਾਂ ਚੱਲਣਾ ਨਹੀਂ ਨਾਣਾ ਅਕਾਊਂਟ ਮੈਂ ਕਦ ਲੱਗਣਾ ਹੀ ਉਹਨੂੰ ਦੇਣਾ ਪੈਣਾ ਸੀ ਹਿੱਸਾ ਤੇ ਹੁਣ ਕੱਲਾ ਕੱਲਾ ਚੱਲੂ ਕੰਮ ਇਹਨੇ ਤਾਂ ਪਾਰਟਨਰ ਕੱਢਿਆ ਵਿੱਚੋਂ ਹਾਂ ਉਹ ਤਾਂ ਮਸਟ ਹੋ ਗਿਆ ਨਾ ਜਦੋਂ ਮੈਂ ਸਾਰਾ ਸਾਰਾ ਦਿਨ ਰੋਣਾ ਸ਼ੁਰੂ ਕਰ ਦਿੱਤਾ ਸਾਰਾ ਦਿਨ ਫਿਰ ਮੈਂ ਇਹ ਚੀਜ਼ ਨਹੀਂ ਸੋਚੀ ਫਿਰ ਮੈਂ ਖੁਦ ਆਪਣੇ ਘਰ ਦੇ ਵਿੱਚ ਕਿੰਨਾ ਪਾਣੀ ਨਿਕਲ ਆਉਂਦਾ ਇਹਨੂੰ ਮੈਂ ਇਹ ਚੀਜ਼ਾਂ ਫੇਸ ਨਹੀਂ ਕਰਨੀਆਂ ਔਰ ਜਿਸ ਦਿਨ ਮੈਂ ਆਪਣੇ ਘਰਦਿਆਂ ਨੂੰ ਕਿਹਾ ਉਸ ਦਿਨ ਆਰੋ ਪਟ ਗਏ ਸੋਚੋ ਜੇ ਮੇਰੇ ਘਰਦਿਆਂ ਨੇ ਇਹ ਚੀਜ਼ ਤੱਕ ਨਹੀਂ ਸੋਚੀ ਕਿ ਸਾਡੀ ਕੁੜੀ ਉੱਥੇ ਰਹਿ ਕੇ ਆਈ ਆ ਉਸ ਕੁੜੀ ਦਾ ਹਾਲ ਕਿੱਦਾਂ ਦਾ ਹੋਊਗਾ ਅੱਛਾ ਜਦੋਂ ਮੈਂ ਇਹਨਾਂ ਚੀਜ਼ਾਂ ਕਰਕੇ ਇੰਨੀ ਦੁਖੀ ਸੀਗੀ ਕਿ ਮੇਰੇ ਫੇਸ ਤੋਂ ਵਲੌਗਸ ਵਿੱਚ ਸ਼ੋਅ ਹੋਣ ਲੱਗ ਪਿਆ ਸੀ ਕਿ ਰਿੰਪਲ ਰਿੰਸ ਬਾਈ ਦੀ ਲਾਈਨ ਚੱਕੀ ਬਾਨਾ ਅੱਛਾ ਉਹ ਸਰਦੀਆਂ ਦੇ ਉਹਦੀ ਮਾਂ ਆਪਾਂ ਵਲੌਗ ਜਿਹਾ ਬਣਾਇਆ ਸੀ ਉਹਦੀ ਮੰਮੀ ਕੱਪੜੇ ਲੈ ਕੇ ਸੀ ਉਦੋਂ ਤਾਂ ਹਾ 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 ਟੋਪੀ ਪਾ ਪਾ ਕੇ ਆਉਂਦੀ ਸੀ ਆਪਾਂ ਵੀ ਇਹ ਗੱਲ ਚੱਕੀ ਆ ਕਿ ਖਾਣ ਨੂੰ ਇਹਨੂੰ ਲੋਲੀਪੋਪ ਨੀ ਲੈ ਕੇ ਦਿੱਤਾ ਉਹ ਨੀ ਜਵਾਕ ਗੁੱਸੇ ਜਵਾਕ ਬੱਚਾ ਗੁੱਸੇ ਹੋਇਆ ਹੋਇਆ ਵਾ ਉਸ ਚੀਜ਼ ਦੇ ਵਿੱਚ ਇਹਨੇ ਬਹਾਨਾ ਹੀ ਹੋਰ ਬਣਾ ਲਿਆ ਮੈਨੂੰ ਉਮੀਦ ਨਹੀਂ ਸੀ ਮੈਨੂੰ ਸਪੋਰਟ ਇੰਨੀ ਮਿਲੂਗੀ ਪਰ ਮੈਨੂੰ ਜਿੰਨੀ ਕੁ ਜ਼ਿਆਦਾ ਸਪੋਰਟ ਮਿਲੀ ਹੈ ਨਾ ਹੁਣ ਮੈਂ ਰੱਬ ਦਾ ਸ਼ੁਕਰ ਆ ਉਸ ਚੀਜ਼ ਵਿੱਚ ਰੱਬ ਦਾ ਨਹੀਂ ਸਵਾਲ ਦੇ ਕੇ ਚਾਰ ਆਪਸ਼ਨਾਂ ਦਿੱਤੀਆਂ ਉਹ ਕਹਿੰਦਾ ਪਰ ਆਪਸ਼ਨ ਜੂਜ ਪਹਿਲੇ ਹੀ ਕਰਨੀ ਛੱਡ ਕੇ ਸਾਰੀ ਜ਼ਿੰਦਗੀ ਰੋਂਦੀ ਰਵਾਂ ਕਿਸੇ ਨੂੰ ਮੇਰੀ ਕਦਰ ਨਾ ਹੋਵੇ ਤੇ ਫਿਰ ਮੈਂ ਕਿਹਨੂੰ ਚੂਜ਼ ਕਰਾਂਗੀ ਤੁਹਾਡੇ ਸਾਹਮਣੇ ਹੀ ਹੈ ਕਿ ਮੈਂ ਚੂਜ਼ ਕਿਹਨੂੰ ਕੀਤਾ ਤੇ ਕਿਹਨੂੰ ਚੂਜ਼ ਨਹੀਂ ਕੀਤਾ ਜਿਹੜੇ ਹੁੰਦੇ ਆ ਨਾ ਜਿਨ੍ਹਾਂ ਨੂੰ ਦੁਨੀਆਦਾਰੀ ਦੀ ਸਮਝ ਲੱਗ ਚੁੱਕੀ ਹੁੰਦੀ ਆ ਕਾਫੀ ਜਾਂ ਕਹਿ ਲਓ 25 ਦੀ ਏਜ ਤੋਂ ਬਾਅਦ ਜਿੰਨੇ ਵੀ ਲੋਕ ਆਉਂਦੇ ਆ ਗਰਲਸ ਜਾਂ ਬੋਇਜ਼ ਜਿਹੜੇ ਐਕਸਪੀਰੀਅੰਸਡ ਮੰਨੇ ਜਾਂਦੇ ਆ ਅੱਛਾ ਉਹਨਾਂ ਨੂੰ ਨਾ ਇਨਸਾਨਾਂ ਦੀ ਸ਼ਕਲ ਦੇਖ ਕੇ ਪਤਾ ਲੱਗ ਜਾਂਦਾ ਹੈ ਕਿਹੜਾ ਕਿਵੇਂ ਦਾ ਲੋਕ ਸੰਪਤੀਆਂ ਗੇਨ ਕਰ ਰਹੇ ਆ ਤੂੰ ਵੀ ਇਹੀ ਕਰਦੀ ਪਈ ਹੈ
ਹੋਰ ਕੀ ਗੱਲ ਕੀਤੀ ਚੀਜ਼ ਬਾਰੇ ਬੋਲਣ ਆਈ ਆ ਜੋ ਲੋਕ ਮੇਰੇ ਬਾਰੇ ਰੂਮਰਸ ਫੈਲਾ ਰਹੇ ਆ ਤੂੰ ਤਾਂ ਮਿਸ ਦੂਜਾ ਪੂਜਾ ਨਹੀਂ ਦੂਜੇ ਚ ਨਿਕਲ ਕੇ ਖੁਸ਼ ਆ ਇੱਕ ਟਾਈਮ ਤੇ ਇਨਸਾਨ ਨੂੰ ਕਾਫੀ ਫੀਲ ਹੁੰਦਾ ਪਰ ਪਹਿਲੇ ਵੀ ਮੈਂ ਇਹ ਜੀ ਕਹੀ ਹੈ ਰੋਜ਼ ਮਰਨ ਨਾਲੋਂ ਚੰਗਾ ਇਨਸਾਨ ਇੱਕੋ ਵਾਰੀ ਵੱਡਾ ਮਰ ਲੇ ਪਰ ਬਾਅਦ ਚੋਂ ਆਪਣੀ ਨਵੀਂ ਲਾਈਫ ਜ਼ਰੂਰ ਸਟਾਰਟ ਕਰ ਲੇ ਬੇਸ਼ਰਮ ਪਰ ਸਵੇਰੇ ਛੋਟਾ ਮਰ ਲੇ ਇਸ ਗੱਲ ਤੇ ਸਾਰੇ ਜਣੇ ਇੱਕ ਵਾਰੀ ਗੌਰ ਜ਼ਰੂਰ ਕਰਿਓ ਕਿਉਂ ਕਰੀਏ ਬਈਲੇ ਆ ਜੀ ਮੁੰਡੇ ਮੈਨੂੰ ਗਲਤ ਕਹਿ ਰਹੇ ਆ ਨਾ ਉਹਨਾਂ ਨੂੰ ਇੱਕ ਵਾਰੀ ਪੁੱਛਣਾ ਚਾਹੂੰਗੀ ਸਿਰਫ ਜੋ ਮੈਂ ਗੱਲਾਂ ਕਹੀਆਂ ਨਾ ਇੱਕ ਵਾਰੀ ਉਹ ਚੀਜ਼ ਸੋਚ ਕੇ ਆਪਣੀ ਭੈਣ ਨੂੰ ਪਹਿਲੀ ਗੱਲ ਲਿਵਿੰਗ ਦੇ ਵਿੱਚ ਰਹਿਣ ਦੀ ਪਰਮਿਸ਼ਨ ਕਦੇ ਨਹੀਂ ਦੇਵਾਂਗੇ ਏਡੀ ਛੋਟੀ ਉਮਰ ਦੇ ਵਿੱਚ ਰੋਕਾਂ ਨਹੀਂ ਕਰਾਂਗੇ ਕਹਾਂਗੇ ਤੂੰ ਪੜ੍ਹਦਾ ਤੂੰ ਪੜ੍ਹ ਪਹਿਲਾਂ ਜਿਹੜੀ ਤੂੰ ਸਟੱਡੀ ਕਰਨੀ ਹੈ ਜੋ ਕਰਨਾ ਉਹ ਕਰ ਆਪਣੇ ਫਿਊਚਰ ਬਾਰੇ ਦੇਖ ਫਿਰ ਉਸ ਤੋਂ ਬਾਅਦ ਪੜ੍ਹਾਈ ਉਸ ਤੋਂ ਬਾਅਦ ਜਿਹੜਾ ਤੂੰ ਗੋਲ ਅਚੀਵ ਕਰਨਾ ਉਹ ਗੋਲ ਅਚੀਵ ਕਰਨ ਤੋਂ ਬਾਅਦ ਤੇਰਾ ਰਿਸ਼ਤਾ ਕਰਾਂਗੇ ਜੁੱਤੀਆਂ ਵੀ ਫੇਰਾਂਗੇ ਸਾਡੇ ਘਰੇ ਜੋ ਕੋਈ ਏਦਾਂ ਕੁਛ ਕਰੇ ਜ਼ਿੰਦਗੀ ਚ ਕਦੇ ਵਿਆਹ ਤੇ ਕਰਵਾਓਗੇ ਨਾ ਬਾਪ ਦੇ ਬਣੋਗੇ ਅੱਛਾ ਆਪਣੀ ਕੁੜੀ ਨੂੰ ਮੇਰੀ ਜਗ੍ਹਾ ਖੜਾ ਕਰਕੇ ਦੇਖੋ ਤੇਰੀ ਖੁਸ਼ੀ ਨਾਲ ਫਿਕਰ ਲੋਕਾਂ ਦੀ ਆ ਮੇਰੀ ਫੈਮਿਲੀ ਇਵੇਂ ਦੀ ਨਹੀਂ ਹੈਗੀ ਬੇਸ਼ਕ ਮੈਂ ਪਰ ਮੇਰੀ ਥਿੰਕਿੰਗ ਪੜ੍ਹੇ ਲਿਖਿਆ ਵਾਲੀ ਆ ਥੱਕ ਬਹੁਤ ਚੁੱਕੇ ਸੀ ਤੇ ਅਸੀਂ ਖਾਣਾ ਵਗੈਰਾ ਝੂਠ ਬੋਲ ਥੱਕ ਚੁੱਕੀ ਆ ਇਹ ਠੀਕ ਆ ਬਾਈ ਇਹੀ ਹੁਣ ਪਾ ਕੇ ਦਿਖਾਉਣੀ ਆ ਮੈਂ ਕਾਰਵਾਈ ਇਹੀ ਵਲੌਗ ਦੇ ਵਿੱਚ ਨਾ ਚਲੋ ਆਪਾਂ ਲਾਏ ਉੱਥੋਂ ਆ ਇਹ ਵਲੌਗ ਜਿੱਥੋਂ ਨਾ ਸ਼ੁਰੂ ਹੋਇਆ ਇਹ ਕੰਮ ਕਿ ਜਿੱਥੋਂ ਰਿਪਲਾਈ ਵਾਲਾ ਕੰਮ ਸ਼ੁਰੂ ਹੋਇਆ ਲੇਕਿਨ ਇਹ ਵੀਡੀਓ ਦੇ ਵਿੱਚ ਨਾ ਮੂਹਰੇ ਵੀ ਗੱਲਾਂ ਕੀਤੀਆਂ ਨੇ ਭਾਂਡੇ ਤਾਂ ਪਾਣੀ ਚੋਂ ਹੀ ਕੱਢੇ ਹੋਏ ਆ ਸਿਰਫ ਪਾਣੀ ਚੋਂ ਕੱਢ ਕੇ ਮਿਅੰਕ ਦੀ ਮੰਮੀ ਤੇ ਗੱਲਾਂ ਮਾਰਦੀ ਪਈ ਆ ਪੂਰੀ ਮੇਰਾ ਮੇਕਅਪ ਦਾ ਸਮਾਨ ਚੋਰੀ ਕਰ ਲਿਆ ਮੇਰੀ ਬੈਲਟ ਚੋਰੀ ਕਰ ਲਈ ਏਦਾਂ ਦੀਆਂ ਗੱਲਾਂ ਬੋਲਦੀ ਪਈ ਆ ਇਹ ਕਿੱਡੀ ਬੇਸ਼ਰਮ ਆ ਯਾਰ ਹਨਾ ਤੇਰੀ ਮਿਅੰਕ ਨਾਲ ਗੱਲ ਆ ਤੂੰ ਮਿਅੰਕ ਨੂੰ ਰਿਪਲਾਈ ਕਰ ਤੂੰ ਇੱਥੋਂ ਪਤਾ ਲੱਗਦਾ ਪਿਆ ਇਹ ਆਪਣੇ ਘਰੇ ਕੀ ਕੁਛ ਨਹੀਂ ਦੱਸਦੀ ਹੋਣੀ ਤਾਂ ਅਗਲਾ ਕਿਉਂ ਨਾ ਰੋਕਦਾ ਹੋਊਗਾ ਬਈ ਕਿ ਨਾ ਕਰੇ ਘਰੇ ਨਾ ਗੱਲ ਕਰੇ ਪੈਸਾ ਤੇ ਝੂਠਾਂ ਦੀ ਪੰਡ ਆ ਬਾਈ ਠੀਕ ਆ ਨਾ ਸਾਡੀ ਇਹ ਕੁਛ ਲੱਗਦੀ ਆ ਨਾ ਸਾਡਾ ਉਹ ਕੁਛ ਲੱਗਦਾ ਸਸਤਾ ਮੇਰੀ ਮੰਮੀ ਨੇ ਕਿਹਾ ਹੋਣਾ ਉਹਨਾਂ ਦੇ ਆ ਤੇਰੇ ਵਿਊ ਵੱਧ ਗਏ ਤੇ ਆਪਣਾ ਤਾਂ ਕੁਛ ਬੰਨਾ ਨਹੀਂ ਉਹਨਾਂ ਨੇ ਘਰ ਭਰ ਲੈਣਾ ਤੂੰ ਐ ਕਰ ਇੱਧਰ ਬੇਬੀ ਡੋਲ ਮੈਂ ਸੋਨੇ ਦੀ ਉਹਨੇ ਗੇਮ ਚਲਾਈ ਉਹਨੇ ਬੇਬੀ ਡੋਲ ਵਾਕੀ ਸੋਨੇ ਦੀ ਬਣਾ ਦੇਣੀ ਤੂੰ ਜਿਸ ਸਾਨੂੰ ਲੋਕ ਤੁਹਾਡਾ ਤਾਂ ਦੇਖਣ ਲੱਗੇ ਹੋਏ ਨੇ
ਚਲੋ ਵੇਖ ਲੋ ਸੋਨੂ ਸੀਤੋ ਵਾਲਾ, ਹਾਂਜੀ ਉਹ ਵਾਲਾ ਕੰਮ ਚੱਲਣਾ ਹੁਣ। ਬਾਕੀ ਤੁਸੀਂ ਦੱਸੋ ਕਿਵੇਂ ਲੱਗੀ ਵੀਡੀਓ, ਕਮੈਂਟਾਂ 'ਚ ਹੈਸ਼ਟੈਗ ਯੂਜ਼ ਕਰਿਓ। ਬਾਕੀ ਟਵਿੱਟਰ ਤੇ ਵੱਧ ਤੋਂ ਵੱਧ ਅਕਾਊਂਟ ਬਣਾਓ ਤੇ ਕਮੈਂਟਾਂ 'ਚ ਹੈਸ਼ਟੈਗ ਯੂਜ਼ ਕਰੋ। ਵੀ ਵਾਂਟ ਜਸਟਿਸ ਐਂਡ ਜਸਟਿਸ ਫੋਰ ਸਿੱਧੂ ਮੂਸੇਵਾਲਾ। ਬਾਕੀ ਚੈਨਲ ਨੂੰ ਸਬਸਕ੍ਰਾਈਬ, ਸ਼ੇਅਰ, ਲਾਈਕ, ਕਮੈਂਟ ਜ਼ਰੂਰ ਕਰਿਓ। ਪ੍ਰੈਸ ਦੀ ਬੈਲ ਆਈਕਨ ਤੇ ਆਲ ਤੇ ਕਰ ਦਿਓ ਕਲਿੱਕ, ਤਾਂ ਜੋ ਵੀਡੀਓ ਨਾਲ ਨਾਲ ਪਤਾ ਲੱਗ ਸਕੇ। ਮਿਲਦੇ ਆ ਅਗਲੀ ਵੀਡੀਓ 'ਚ। ਅਡੀਓਜ਼ ਅਮੀਗੋ।